ਤੇ ਕਲੋਨੀ ਆ ਨਾ ਉੱਥੇ ਕਹਿੰਦੇ ਮਨਜੀਤ ਐਂਬੂਲੈਂਸ ਵਾਲੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਮਿਲਦਾ ਕਿਉਂਕਿ ਮੈਨੂੰ ਘਰੋਂ ਪਿਆਰ ਨਹੀਂ ਸੀ ਮਿਲਿਆ ਕਿਸੇ ਦਾ ਮੇਰੀ ਨਾਨੀ ਕਹਿਣ ਲੱਗੀ ਕਹਿੰਦੀ ਰਾਣੀ ਇੱਥੇ ਵੀ ਤੂੰ ਜੁੱਤੀਆਂ ਹੀ ਖਾਣੀ ਹੈ ਹੌਸਲਾ ਹੋਵੇ ਤਾਂ ਕੋਈ ਵੀ ਰਾਹ ਔਖਾ ਨਹੀਂ ਹੌਸਲਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਕੀਰਤੀ ਪਾਠਕ ਛਾਬੜਾ ਅਤੇ ਨਿੱਘਾ ਸਵਾਗਤ ਕਰਦੀ ਤੁਹਾਡਾ ਸਾਰਿਆਂ ਦਾ PTC ਪੰਜਾਬੀ 'ਤੇ ਅੱਜ ਜਿਸ ਸ਼ਖਸ ਨਾਲ ਮੈਂ ਤੁਹਾਡੀ ਮੁਲਾਕਾਤ ਕਰਨ ਜਾ ਰਹੀ ਹਾਂ ਉਹਨਾਂ ਨੇ ਕਈਆਂ ਨੂੰ ਪ੍ਰੋਤਸਾਹਨ ਦਿੱਤਾ ਕਈਆਂ ਨੂੰ ਇੰਸਪੀਰੇਸ਼ਨ ਦਿੱਤੀ ਹੈ ਜੀ ਉਹਨਾਂ ਨੇ ਇੰਡੀਆ ਦਾ ਨਾਮ ਵੀ ਹੀ ਨਹੀਂ ਬਲਕਿ ਸਾਡੇ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ਜੀ ਮੈਂ ਗੱਲ ਕਰ ਰਹੀ ਹਾਂ ਇੰਡੀਆ ਦੀ ਯਾਨੀ ਕਿ ਭਾਰਤ ਦੀ ਫਸਟ ਲੇਡੀ ਐਂਬੂਲੈਂਸ ਡਰਾਈਵਰ ਯਾਨੀ ਕਿ ਮਨਜੀਤ ਕੌਰ ਜੀ ਮਨਜੀਤ ਕੌਰ ਜੀ ਬਹੁਤ ਬਹੁਤ ਸਵਾਗਤ ਕਰਦੀ ਤੁਹਾਡਾ PTC ਪੰਜਾਬੀ 'ਤੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਬਸ ਵਧੀਆ ਸੋ ਮੈਂ ਤੁਹਾਨੂੰ ਸਪੈਸ਼ਲੀ ਮਿਲਣਾ ਚਾਹੁੰਦੀ ਸੀ ਇਹ ਕਿਉਂਕਿ ਅਸੀਂ ਤੁਹਾਡੀ ਵੀਡੀਓਜ਼ ਬਹੁਤ ਸਾਰੀ ਦੇਖੀਆਂ ਵਾਇਰਲ ਹੋਏ ਹੋ ਤੁਸੀਂ ਤੁਹਾਡੀ ਕਹਾਣੀ ਲੋਕਾਂ ਨੇ ਸੁਣੀ ਹੈ ਲੋਕ ਜਾਣਦੇ ਤੁਹਾਡੇ ਬਾਰੇ ਪਰ ਹੁਣ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੀ ਹਾਂ ਕਿ ਅੱਜ ਦੇ ਦੌਰ 'ਚ ਪੁਰਾਣਾ ਜੋ ਹੋਇਆ ਉਸਦੇ ਬਾਰੇ ਅਸੀਂ ਬਾਅਦ 'ਚ ਨੂੰ ਗੱਲ ਕਰਾਂਗੇ ਪਰ ਅੱਜ ਤੁਸੀਂ ਜਦੋਂ ਅਸੀਂ ਮਿਲੇ ਸੀ ਤੁਸੀਂ ਮੇਰੇ ਘਰ ਆਏ ਸੀ ਮੈਂ ਅਸੀਂ ਬਹੁਤ ਖੁਸ਼ੀ ਨਾਲ ਤੁਸੀਂ ਕਿ ਵਾਹ ਤੁਸੀਂ ਮੈਨੂੰ ਬੁਲਾ ਲਿਆ ਤੁਹਾਡੇ ਫੇਸ 'ਤੇ ਬਹੁਤ ਸੋਹਣੀ ਜਿਹੀ ਸਮਾਈਲ ਸੀ ਉਸਦੇ ਪਿੱਛੇ ਦੱਸੋ ਕਿ ਇੰਨੀਆਂ ਔਕੜਾਂ ਪਾਰ ਕਰਕੇ ਤੁਸੀਂ ਆਪਣੀ ਥਾਂ ਬਣਾਈ ਹੈ ਉਸ ਪ੍ਰੋਤਸਾਹਨ ਉਹ ਮੋਟੀਵੇਸ਼ਨ ਤੁਹਾਨੂੰ ਕਿੱਥੋਂ ਆਈ ਸੀ ਇਹ ਸਾਰੇ ਤੁਹਾਡੇ ਭੈਣ ਭਰਾਵਾਂ ਦੇ ਕਰਕੇ ਹੀ ਆ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਮਿਲਦਾ ਕਿਉਂਕਿ ਮੈਨੂੰ ਘਰੋਂ ਪਿਆਰ ਨਹੀਂ ਸੀ ਮਿਲਿਆ ਕਿਸੇ ਦਾ ਵੀ ਪੇਕਿਆਂ ਤੋਂ ਪਹਿਲਾਂ ਵਿਆਹ ਤੋਂ ਬੜਾ ਪਹਿਲਾਂ ਪਿਆਰ ਮਿਲਿਆ ਸੀ ਉਸ ਤੋਂ ਬਾਅਦ ਕਿਸੇ ਦਾ ਨਹੀਂ ਮਿਲਿਆ ਹੁਣ ਸਾਰਿਆਂ ਦਾ ਇੰਨਾ ਪਿਆਰ ਮਿਲਦਾ ਕਿ ਜਿੱਥੇ ਖਲੋਨੀ ਆ ਨਾ ਉੱਥੇ ਕਹਿੰਦੇ ਮਨਜੀਤ ਐਂਬੂਲੈਂਸ ਵਾਲੀ ਮੈਨੂੰ ਆਪਣੇ ਆਪ 'ਤੇ ਫਿਰ ਹਾਸਾ ਵੀ ਕਿਸੇ ਵੇਲੇ ਆਉਂਦਾ ਵੀ ਮੈਂ ਹੈ ਵੀ ਕੁਛ ਨਹੀਂ ਪਰ ਮੈਂ ਹੈ ਵੀ ਬਹੁਤ ਕੁਛ ਹਾਂ ਅਤੇ ਮੈਂ ਕਰਦੀ ਕੀ ਹਾਂ ਅਤੇ ਲੋਕ ਮੈਨੂੰ ਕੀ ਸੋਚਦੇ ਆ ਵੀ ਮੈਂ ਤਾਂ ਇੱਕ ਰੋਟੀ ਦਾ ਜ਼ਰੀਆ ਬਣਾਇਆ ਔਰ ਉਹਦੇ ਨਾਲ ਹੀ ਮੇਰੀ ਉਹਦੇ ਨਾਲ ਮੇਰੀ ਇੱਕ ਪਛਾਣ ਬਣ ਗਈ ਆ ਮੇਰੇ ਵਾਸਤੇ ਉਹ ਇੱਕ ਹੁੰਦਾ ਕਿ ਮੈਂ ਇਹ ਕੰਮ ਕਰਾਂਗੀ ਐਂਬੂਲੈਂਸ ਚਲਾਵਾਂਗੀ ਅਤੇ ਡੈਡ ਬੋਡੀ ਛੱਡ ਕੇ ਆਵਾਂਗੀ ਰੋਟੀ ਕਮਾਵਾਂਗੀ ਹੈ ਨਾ ਪਰ ਉਸ ਵੇਲੇ ਲੋਕ ਜਿਨ੍ਹਾਂ ਦੀ ਡੈਡ ਬੋਡੀ ਜਿੱਦਾਂ ਲੈ ਕੇ ਜਾਂਦੀ ਆ ਨਾ ਫਿਰ ਉਹ ਤਾਂ ਰੋਂਦੇ ਹੁੰਦੇ ਆ ਅਤੇ ਮੈਨੂੰ ਇਹ ਹੁੰਦਾ ਆ ਵੀ ਇਹਨਾਂ ਦਾ ਮਰ ਗਿਆ ਆ ਚਲੋ ਮੈਂ ਗੱਡੀ ਲੈ ਕੇ ਗਈ ਹਾਂ ਗੇੜਾ ਲਾਵਾਂਗੀ ਮੇਰੇ ਪੈਸੇ ਆਉਣੇ ਆ ਅਤੇ ਪਰ ਜੇ ਜਦੋਂ ਕਿਸੇ ਦਾ ਮਾਂ ਪਿਓ ਮਰਦਾ ਫਿਰ ਮੈਨੂੰ ਦੁੱਖ ਵੀ ਲੱਗਦਾ ਕਿ ਇਹਦਾ ਹੁਣ ਮਾਂ ਪਿਓ ਮਰ ਗਿਆ ਅਤੇ ਇਹਨਾਂ ਬੱਚਿਆਂ ਦਾ ਪਿੱਛੋਂ ਕੀ ਹਾਲ ਹੋਊਗਾ ਅਤੇ ਜੇ ਮੈਂ ਆਖਾਂ ਕਿ ਜਦੋਂ ਤੁਸੀਂ ਡੈਡ ਬੋਡੀਜ਼ ਲੈ ਕੇ ਜਾਂਦੇ ਹੋ ਤੁਹਾਨੂੰ ਕਦੀ ਆਪਣੇ ਪਰਿਵਾਰ ਦੀ ਆਪਣੇ ਕਿਸੇ ਜਿਹੜੇ ਪਿੱਛੇ ਰਹਿ ਜਾਂਦੇ ਉਹਨਾਂ ਦੇ ਪਰਿਵਾਰ ਵੱਲ ਦੇਖ ਕੇ ਆਪਣੇ ਪਰਿਵਾਰ ਦੀ ਕਦੀ ਯਾਦ ਆਉਂਦੀ ਹੈ ਮੈਨੂੰ ਸਭ ਤੋਂ ਜ਼ਿਆਦਾ ਆਪਣੀ ਮਾਂ ਦੀ ਯਾਦ ਆਉਂਦੀ ਹੈ ਮਾਂ ਦੀ ਯਾਦ ਆਉਂਦੀ ਆ ਜਾਂ ਜਿੱਦਾਂ ਰੱਖੜੀ ਹੁੰਦੀ ਆ ਭਰਾਵਾਂ ਦੀ ਯਾਦ ਆਉਂਦੀ ਹੈ ਪਰ ਉਹਨਾਂ ਨੇ ਸਾਥ ਨਹੀਂ ਦਿੱਤਾ ਸੋ ਇਹਨਾਂ ਨੇ ਬਹੁਤ ਔਕੜ ਵੇਲਾ ਦੇਖਿਆ ਜਦੋਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਆਪਣੇ ਭਰਾਵਾਂ ਦੀ ਅਤੇ ਉਹਨਾਂ ਨੇ ਇਹਨਾਂ ਦੇ ਨਾਲ ਖੜੇ ਹੋ ਕੇ ਇਹਨਾਂ ਦਾ ਸਾਥ ਨਹੀਂ ਦਿੱਤਾ ਪਰ ਹੁਣ ਨਹੀਂ ਲੱਗਦਾ ਹੁਣ ਜਿੱਦਾਂ 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 ਦਾ ਮਾਹੌਲ ਹੋ ਜਾਂਦਾ ਬੰਦਾ ਚੇਂਜ ਹੋ ਜਾਂਦਾ ਹੈ ਹੁਣ ਨਹੀਂ ਲੱਗਦਾ ਹੈਗਾ ਪਰ ਦਿਨ ਤਿਉਹਾਰ 'ਤੇ ਹੁੰਦਾ ਆ ਪਰ ਜਿਹੜੇ ਉਹਨਾਂ ਨੇ ਮੈਨੂੰ ਦੁੱਖ ਦਿੱਤੇ ਆ ਫਿਰ ਮੈਂ ਉਹ ਕਹਿੰਦੀ ਹਾਂ ਫਿਰ ਨਹੀਂ ਚਲੋ ਮੇਰਾ ਕੋਈ ਵੀ ਨਹੀਂ ਹੈ ਪਰ ਜਿਹੜੇ ਅੱਜ ਮੇਰੇ ਨਾਲ ਨੇ ਉਹ ਮੇਰੇ ਆਪਣੇ ਨੇ ਬਗਾਨੇ ਆ ਪਰ ਮੇਰੇ ਆਪਣਿਆਂ ਨਾਲੋਂ ਜ਼ਿਆਦਾ ਮੇਰੇ ਸਾਥ ਦਿੰਦੇ ਆ ਕਹਿੰਦੇ ਨਾ ਕਿ ਦੁੱਖ ਵੇਲੇ ਜਿਹੜਾ ਖੜਾ ਰਵੇ ਕੋਲ ਉਹੀ ਅਸਲ ਤੁਹਾਡਾ ਰਿਸ਼ਤੇਦਾਰ ਜਾਂ ਆਪਣਾ ਤੁਹਾਡਾ ਆਪਣਾ ਹੁੰਦਾ ਆ ਤੁਸੀਂ ਹੁਣ ਜੇ ਲੋਕ ਤੁਹਾਨੂੰ ਆਵਾਜ਼ ਮਾਰਦੇ ਆ ਕਿਸੇ ਉਹਨਾਂ ਦਾ ਦੁੱਖ ਵੇਲਾ ਹੁੰਦਾ ਕਿਸੇ ਡੈਡ ਬੋਡੀ ਵਿੱਚ ਆਏ ਲੈ ਕੇ ਜਾਣੀ ਆ ਕਿਸੇ ਦੇ ਐਕਸੀਡੈਂਟਲ ਕੇਸ ਆ ਜਦੋਂ ਤੁਹਾਨੂੰ ਆਵਾਜ਼ ਮਾਰਦੇ ਤਾਂ ਅੱਜ ਵੀ ਤੁਹਾਨੂੰ ਕੋਈ ਫੀਲਿੰਗ ਆਉਂਦੀ ਕਿ ਹਾਂ ਉਹਨਾਂ ਨੇ ਆਪਣੇ ਇਸ ਖਾਸ ਮਤਲਬ ਇੱਕ ਇੰਪੋਰਟੈਂਟ ਪਲ 'ਤੇ ਤੁਹਾਨੂੰ ਬੁਲਾਇਆ ਆ ਤੁਹਾਨੂੰ ਆਵਾਜ਼ ਮਾਰੀ ਆ ਕਿਸੇ ਵੇਲੇ ਤਾਂ ਇੱਦਾਂ ਹੁੰਦਾ ਕਈਆਂ ਨੂੰ ਜਿਹਨਾਂ ਨੂੰ ਪਤਾ ਲੱਗਦਾ ਨਾ ਮਨਜੀਤ ਐਂਬੂਲੈਂਸ ਵਾਲੀ ਆ ਫਿਰ ਉਹ ਗੱਲ ਕਰਨਗੇ ਤੇ ਕਹਿਣਗੇ ਭਾਜੀ ਨਾਲ ਗੱਲ ਕਰਾਓ ਉਹਨਾਂ ਨੂੰ ਇਹ ਨਹੀਂ ਪਤਾ ਵੀ ਅੱਗੋਂ ਮੈਂ ਹੀ ਐਂਬੂਲੈਂਸ ਡਰਾਈਵਰ ਆ ਫਿਰ ਮੈਨੂੰ ਉੱਥੇ ਕਿਸੇ ਵੇਲੇ ਨਾ ਆਪਣੇ ਆਪ ਦੇ ਹਾਸਾ ਵੀ ਆ ਜਾਂਦਾ ਵੀ ਕਈਆਂ ਨੂੰ ਹਜੇ ਜਿੱਦਾਂ ਪਤਾ ਹੀ ਨਹੀਂ ਹੈਗਾ ਤੇ ਕਈਆਂ ਨੂੰ ਪਤਾ ਵੀ ਆ ਉਹ ਕਹਿਣਗੇ ਨਹੀਂ ਮੈਂ ਕਹਾਂਗੀ ਵੀ ਨਹੀਂ ਤੁਸੀਂ ਮੇਰੇ ਨਾਲ ਹੀ ਗੱਲ ਕਰੋ ਉਹ ਕਹਿਣਗੇ ਅਸੀਂ ਪਰੇਸ਼ਾਨ ਹਾਂ ਤਾਂ ਤੂੰ ਬੀਬੀ ਅੱਗੋਂ ਮਜ਼ਾਕ ਕਰੀ ਜਾਂਦੀ ਮੈਂ ਕਿਹਾ ਨਹੀਂ ਭਰਾ ਮਜ਼ਾਕ ਨਹੀਂ ਕਰਦੀ ਮੈਂ ਡਰਾਈਵਰ ਹੀ ਹਾਂ ਫਿਰ ਵਿਚਾਰੇ ਅੱਗੋਂ ਚੁੱਪ ਜਿਹੇ ਕਰ ਜਾਣਗੇ ਵੀ ਨਹੀਂ ਅਸੀਂ ਜਾਂ ਪੇਸ਼ੈਂਟ ਲੈ ਕੇ ਜਾਣਾ ਜਾਂ ਡੈਡ ਬੋਡੀ ਲੈ ਕੇ ਜਾਣੀ ਆ ਫਿਰ ਆਪਣੇ ਆਪ 'ਤੇ ਇਹ ਹੁੰਦਾ ਵੀ ਹਜੇ ਵੀ ਆਪਾਂ ਪਿੱਛੇ ਹਾਂ ਵੀ ਲੋਕ ਕਈ ਕਹਿ ਦਿੰਦੇ ਆ ਵੀ ਜਨਾਨੀ ਇਹ ਕੰਮ ਨਹੀਂ ਕਰ ਸਕਦੀ ਤੁਸੀਂ ਕਿੱਦਾਂ ਕਰਦੇ ਆਪਣੇ ਕਈ ਹਜੇ ਸੋਚ ਪਿੱਛੇ ਬੜੀ ਸੋਚ ਆ ਪਿੱਛੇ ਬਹੁਤ ਜ਼ਿਆਦਾ ਪਿੱਛੇ ਆ ਪਹਿਲਾਂ ਸੀ ਸਾਡੀ ਸੋਚ ਵੀ ਚੇਂਜ ਆ ਕੁਛ ਪਰ ਨਹੀਂ ਹਜੇ ਹੈ ਤੇ ਪੂਰੀ ਨਹੀਂ ਹੋਈ ਅਜੇ ਤੁਸੀਂ ਹੁਣ ਦਾ ਟਾਈਮ ਦੀ ਗੱਲ ਕਰ ਰਹੇ ਹੋ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਇਸ ਕੰਮ ਦੇ ਵਿੱਚ ਪਏ ਸੀ ਤੁਸੀਂ ਭਾਰਤ ਦੀ ਪਹਿਲੀ ਲੇਡੀ ਐਂਬੂਲੈਂਸ ਡਰਾਈਵਰ ਤੁਹਾਡੇ ਤੋਂ ਪਹਿਲੇ ਕਿਸੇ ਨੇ ਨਹੀਂ ਕੀਤਾ ਸੀ ਹੁਣ ਤਾਂ ਬਹੁਤ ਨੇ ਬਟ ਤੁਸੀਂ ਸਭ ਤੋਂ ਪਹਿਲੇ ਇਸ ਰਾਹ ਨੂੰ ਖੋਲਿਆ ਬਾਕੀ ਔਰਤਾਂ ਦੇ ਲਈ ਤਾਂ ਜਦੋਂ ਤਦ ਤਾਂ ਸਮਾਂ ਬਹੁਤ ਹੀ ਜ਼ਿਆਦਾ ਪਿੱਛੇ ਸੀ ਤਦ ਤਾਂ ਲੋਕ ਬਹੁਤ ਜ਼ਿਆਦਾ ਇਸ ਸੋਚ ਨੂੰ ਅਪਣਾ ਹੀ ਨਹੀਂ ਪਾਉਂਦੇ ਸੀ ਕਿ ਇੱਕ ਔਰਤ ਕਿਵੇਂ ਇੱਕ ਗੱਡੀ ਐਂਬੂਲੈਂਸ ਨੂੰ ਚਲਾ ਲੂਗੀ ਇੱਕ ਨੋਰਮਲ ਗੱਡੀ ਚਲਾਉਣ ਲਈ ਉਹ ਸਵਾਲ ਖੜਾ ਕਰ ਦਿੰਦੇ ਸੀ ਕਿ ਕਿਵੇਂ ਚਲਾਊਗੀ ਉਸ ਤਾਂ ਐਂਬੂਲੈਂਸ ਉਹਨਾਂ ਨੂੰ ਤਾਂ ਹਜੇ ਮੈਂ 2007 ਦੇ ਵਿੱਚ ਲੱਗੀ ਸੀ ਇੰਨੀਆਂ ਸਕੂਟਰੀਆਂ ਵੀ ਨਹੀਂ ਸੀ ਹੈਗੀਆਂ ਮਤਲਬ ਕਿ ਨੋਰਮਲ ਜਿਹੀਆਂ ਚੀਜ਼ਾਂ ਸੀ ਇਹ ਅਤੇ ਜਦੋਂ ਮੈਂ ਇੱਦਾਂ ਲੈ ਕੇ ਜਾਣਾ ਕਰਨਾ ਨਾ ਜਦੋਂ ਮੈਂ ਪਹਿਲੀ ਵਾਰੀ ਐਂਬੂਲੈਂਸ ਚਲਾਉਣ ਲੱਗੀ ਹਾਂ ਤਾਂ ਮੇਰੇ ਨਾਲ ਪੁਲਿਸ ਮੁਲਾਜ਼ਮ ਜਿੱਦਾਂ ਬੈਠੇ ਆ ਅਤੇ ਡੈਡ ਬੋਡੀ ਲੈ ਕੇ ਜਾਣੀ ਸੀ ਦੂਰ ਜਾਣਾ ਸੀ ਡੈਡ ਬੋਡੀ
ਤੇ ਪੁਲਿਸ ਵਾਲਾ ਉਹ ਬੰਦਾ ਕਹਿੰਦਾ ਫਟਾਫਟ ਸਾਨੂੰ ਪਹੁੰਚਾ ਦਿਓ। ਮੈਂ ਕਿਹਾ ਵੀ ਭਾਜੀ ਵੀ ਮੈਂ ਹੌਲੀ ਹੌਲੀ ਲੈ ਕੇ ਜਾਣ ਡੀ, ਤਾਂ ਪੁਲਿਸ ਵਾਲੇ ਨੇ ਨਾ ਮੈਨੂੰ ਇੱਕ ਮੀਣਾ ਮਾਰਿਆ, ਪਰ ਉਹਨੇ ਮੈਨੂੰ ਰਾਹ ਵੀ ਦੱਸ ਦਿੱਤਾ। ਪੁਲਿਸ ਵਾਲਾ ਕਹਿੰਦਾ ਵੀ ਜਨਾਨੀਆਂ ਦੇ ਵੱਸ ਦਾ ਇਹ ਕੰਮ ਨਹੀਂ ਹੈਗਾ, ਪਰ ਵਿਚਾਰੀ ਪਤਾ ਨਹੀਂ ਕਿੰਨੀ ਕੁ ਮਜਬੂਰ ਆ। ਮੇਰੇ ਦਿਲ 'ਤੇ ਬੜੀ ਠੇਸ ਲੱਗੀ ਇਸ ਚੀਜ਼ ਦੀ ਵੀ ਇਸ ਇਨਸਾਨ ਨੇ ਮੈਨੂੰ ਬੜੀ ਮਜਬੂਰ ਹੈ ਅਤੇ ਮੈਂ ਸੱਚੀ ਮਜਬੂਰ ਹਾਂ, ਪਰ ਇਹਨੇ ਜਨਾਨੀ ਜਾਤ ਨੂੰ ਫਿਰ ਥੱਲੇ ਕੀਤਾ। ਫਿਰ ਤੋਂ ਜਿਹੜੀ ਸੱਟ ਮੈਨੂੰ ਲੱਗੀ ਉਹਨੇ ਹੋਰ ਫਿਰ ਉਹਨੇ ਖਰੋਚੀ ਆ ਮੇਰੀ, ਪਰ ਮੈਂ ਉਸ ਵੇਲੇ ਉਹਨੂੰ ਭਾਅ ਜੀ ਨੂੰ ਕਿਹਾ, ਮੈਂ ਕਿਹਾ ਭਾਅ ਤੂੰ ਹੁਣ ਨਾ ਆਰਾਮ ਨਾਲ ਬਹਿ ਜਾ, ਫਿਰ ਮੈਂ ਤੈਨੂੰ ਦੱਸਣੀ ਕਿੱਦਾਂ ਚਲਾਈ ਦੀ ਆ, ਪਰ ਮੈਂ ਉਹਨੂੰ ਫਿਰ ਟਾਇਰ ਨਹੀਂ ਥੱਲੇ ਲੱਗਣ ਦਿੱਤੇ। ਉਹ ਦਿਨ ਜਾਏ ਆ ਆਏ ਮੈਂ ਮੁੜ ਕੇ, ਉਸ ਤੋਂ ਬਾਅਦ ਉਹ ਬੰਦਾ ਮੈਨੂੰ ਅਕਲ ਦੇ ਗਿਆ। ਕਦੀ ਕਦੀ ਕੋਈ ਟੱਚਰਾਂ ਵੀ ਨਾ ਕਹਿੰਦੇ ਨਾ ਮਜ਼ਾਕ ਜਿਹੜਾ ਨਾ ਉਹ ਬੰਦੇ ਨੂੰ ਰਾਹ ਦੇ ਦਿੰਦਾ, ਰਾਹ ਦਿੰਦਾ, ਕਦੀ ਕਦੀ ਤੁਹਾਨੂੰ ਕੁਛ ਅੰਦਰੋਂ ਉਹ ਇੱਕ ਆ ਜਾਂਦੀ ਆ ਕਿ ਹਾਂ ਹੁਣ ਆਪਾਂ ਕਰ ਲਈਏ। ਮੈਂ ਸੱਚੀ ਉਹ ਬੰਦੇ ਦਾ ਨਾ ਮੈਂ ਕਹਿੰਦੀ ਆ ਵੀ ਨਹੀਂ, ਮੈਨੂੰ ਮੈਂ ਆਪਣੇ ਘਰਦਿਆਂ ਨੂੰ ਵੀ ਕਹਿੰਦੀ ਹਾਂ, ਆਪਣੇ ਆਪ ਦੇ ਵਿੱਚ ਕਹਿੰਦੀ ਹਾਂ ਵੀ ਮੇਰੇ ਘਰ ਦੇ ਜੇ ਮੈਨੂੰ ਇੱਦਾਂ ਦੇ ਹਾਲਾਤ ਨਾ ਦਿੰਦੇ ਤਾਂ ਅੱਜ ਮੈਨੂੰ ਦੁਨੀਆਂ ਨਹੀਂ ਸੀ ਜਾਣਦੀ, ਦੁਨੀਆਂ ਨਹੀਂ ਸੀ ਜਾਂਦੀ। ਅਤੇ ਇੰਨੀ ਦੁਨੀਆਂ ਤੁਹਾਨੂੰ ਜਾਣਦੀ ਆ, ਲੋਕ ਤੁਹਾਡੀ ਕਹਾਣੀ ਤੋਂ ਇੰਨਾ ਕੁਛ ਸਿੱਖਦੇ ਆ, ਤੁਹਾਨੂੰ ਸੁਣ ਕੇ ਤੁਹਾਡੀ ਕਹਾਣੀ ਨੂੰ ਸੁਣ ਕੇ ਕਹਿੰਦੇ ਕਿ ਹਜੇ ਇਹ ਕਰ ਸਕਦੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਬਹੁਤ ਔਰਤਾਂ ਹੁਣ ਘਰੋਂ ਬਾਹਰ ਨਿਕਲੀਆਂ ਤੁਹਾਡੀ ਕਹਾਣੀ ਸੁਣਨ ਤੋਂ ਬਾਅਦ, ਅਤੇ ਤੁਹਾਡੇ ਭਰਾਵਾਂ ਨੂੰ ਕਦੀ ਵੀ ਨਹੀਂ ਇੱਦਾਂ ਲੱਗਾ ਕਿ ਹਏ ਇਹਨੇ ਕਰਕੇ ਦਿਖਾਤਾ, ਸਾਨੂੰ ਇਹਨੂੰ ਇੱਕ ਵਾਰ ਤਾਂ ਬੁਲਾਉਣਾ ਚਾਹੀਦਾ, ਘਰ ਬੁਲਾਉਣਾ ਚਾਹੀਦਾ ਕਿ ਤੂੰ ਮਨਜੀਤ ਹਾਂ ਸੱਚੀ ਇਹਨੂੰ ਸਾਡਾ ਨਾਮ ਰੋਸ਼ਨ ਕੀਤਾ। ਉਹ ਸਾਨੂੰ ਮੇਰੇ ਭਰਾ ਹਜੇ ਵੀ ਇਹ ਗੱਲ ਕਹਿੰਦੇ ਆ ਵੀ ਇਹ ਜਿਹਦੇ ਵਾਸਤੇ ਇਹਨੇ ਇੰਨਾ ਕੁਛ ਕੀਤਾ ਹੈ ਨਾ, ਮਤਲਬ ਕਿ ਇਹ ਚੀਜ਼ ਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਇਹ ਚੀਜ਼ ਨੂੰ ਕਹਿੰਦੇ ਆ ਕਿ ਜਿਹਦੇ ਵਾਸਤੇ ਮੁੰਡੇ ਵਾਸਤੇ ਇਹਨੇ ਕੀਤਾ ਉਹ ਮੁੰਡਾ ਇਹਨੂੰ ਜੁੱਤੀਆਂ ਮਾਰੇਗਾ। ਮੇਰੇ ਭਰਾਵਾਂ ਨੇ ਬੰਦੇ ਜਿੱਦਾਂ ਫਿਲਮਾਂ ਦੇ ਵਿੱਚ ਕਰਦੇ ਆ ਦਾਤਰੀਆਂ ਰੰਬੇ ਲੈ ਕੇ ਆ ਜਾਓ ਮਗਰ ਮੇਰੇ ਚੜ ਗਏ। ਫਿਰ ਮੈਂ ਵਕੀਲ ਆਪਣੇ ਨੂੰ ਫੋਨ ਕੀਤਾ, ਉਹਨੇ ਮੈਨੂੰ ਦੱਸਿਆ ਕਿ ਮੈਂ ਥਾਣੇ ਚਲੇ ਗਈ ਗੱਡੀ ਲੈ ਕੇ, ਮੇਰੇ ਮਗਰ ਮੇਰੇ ਭਰਾ ਚੜ ਗਏ ਵੀ ਹਾਂ ਇਸ ਰੋਡ 'ਤੇ ਗੱਡੀ ਨਹੀਂ ਚਲਾਉਣੀ। ਗਰਵ ਨਹੀਂ ਉਹ ਮਹਿਸੂਸ ਕਰਦੇ, ਉਹ ਇਸ ਚੀਜ਼ ਨੂੰ ਕਹਿੰਦੇ ਨੇ ਵੀ ਸਾਨੂੰ ਜਿੱਥੇ ਟੱਕਰੀ ਅਸੀਂ ਮਾਰ ਦੇਣੀ ਹੈ ਵੀ ਗੱਡੀ ਕਿਉਂ ਚਲਾਉਂਦੀ ਆ। ਕੋਈ ਭਰਾ ਵਾਲੀ ਇੰਨਾ ਛੋਟੀ ਭੈਣ ਵਰਗੀ ਉਹਨਾਂ ਨੂੰ ਹੈ ਹੀ ਨਹੀਂ ਕਿ ਮੇਰੀ ਸਾਡੀ। ਉਹਨਾਂ ਨੂੰ ਇੱਕੋ ਚੀਜ਼ ਸੀ ਜਦੋਂ ਮੇਰਾ ਪਿਓ ਮਰਿਆ ਸੀ ਅਤੇ ਮਰਨ ਤੋਂ ਪਹਿਲਾਂ ਯਾਨੀ ਕਿ ਬਿਮਾਰ ਸੀ ਉਹ, ਜਿੱਦਾਂ ਉਹਨਾਂ ਨੇ ਵਸੀਅਤ ਦੇ ਵਿੱਚ ਲਿਖਿਆ ਸੀ ਕਿ ਤਿੰਨ ਹਿੱਸੇ ਆ, ਇੱਕ ਮੇਰੀ ਘਰਵਾਲੀ ਦਾ ਹਿੱਸਾ ਮਤਲਬ ਸਾਡੀ ਮੰਮੀ ਦਾ, ਦੋ ਸਾਡੇ ਭਰਾਵਾਂ ਦੇ, ਅਤੇ ਪਰ ਇੱਕ ਮੇਰੀ ਕੁੜੀ ਵਿਆਹਣ ਵਾਲੀ ਆ, ਵਸੀਅਤ ਦੇ ਵਿੱਚ ਉਹਨਾਂ ਨੇ ਲਿਖਿਆ ਸੀ। ਮੇਰੇ ਭਰਾਵਾਂ ਨੇ ਮਹੀਨੇ ਦੇ ਵਿੱਚ ਰਿਸ਼ਤਾ ਲੱਭ ਕੇ ਅਤੇ ਮੇਰਾ ਵਿਆਹ ਕਰ ਦਿੱਤਾ ਸੀ, ਬਸ ਉਹ ਵਸੀਅਤ ਲਿਖੀ ਆ ਸਾਨੂੰ ਹਿੱਸਾ ਮਿਲ ਜੇ। ਮੇਰੇ ਭਰਾਵਾਂ ਨੂੰ ਸਿਰਫ ਪੈਲੀ ਨਾਲ ਮਤਲਬ ਕਰਕੇ ਕਿ ਕਰੋ ਇਹਨੂੰ ਇਹਨੂੰ ਕੱਢ ਦਿਓ, ਅੱਗੇ ਨਹੀਂ ਉਹਨਾਂ ਨੇ ਵੇਖਿਆ ਸ਼ਰਾਬੀ ਆ, ਅੱਗੇ ਨਹੀਂ ਉਹਨਾਂ ਨੇ ਵੇਖਿਆ ਕਿ ਕਮਲੇ ਆ ਜਾਂ ਕੁਛ ਆ, ਕੁਛ ਨਹੀਂ ਮੁੰਡਾ ਵੀ ਨਹੀਂ ਦੇਖਿਆ, ਕੁਛ ਨਹੀਂ ਦੇਖਿਆ ਉਹਨਾਂ ਨੇ, ਬਸ ਇਹ ਦੇਖਿਆ ਵੀ ਇਹਨੂੰ ਧੱਕਾ ਦੇ ਦਿਓ, ਅੱਗੇ ਖੂਹ ਆ ਖਾਤਾ ਆ ਉਹ ਮੇਰੀ। ਮਤਲਬ ਤੁਹਾਡਾ ਰਿਸ਼ਤਾ ਉਹਨਾਂ ਨੇ ਪਹਿਲੇ ਹੀ ਇੱਕ ਤਰੀਕੇ ਨਾਲ ਪੈਸਿਆਂ ਪਿੱਛੇ ਖਤਮ ਕਰ ਹੀ ਦਿੱਤਾ ਸੀ। ਉਹਨਾਂ ਨੇ ਸਿਰਫ ਉਹ ਜ਼ਮੀਨ ਦੀ ਖਾਤਰ ਕਿ ਜੇ ਰਹਿ ਗਈ ਪਿਓ ਮਰੇ ਤੋਂ ਮਗਰੋਂ ਅਤੇ ਸਾਡੀ ਜ਼ਮੀਨ ਦਾ ਇਹਨੇ ਹਿੱਸਾ ਲੈ ਜਾਣਾ ਹੈ, ਉਹ ਇਹਦੇ ਪਿੱਛੇ ਸਾਰੇ। ਅਤੇ ਪਰ ਮੈਂ ਤਾਂ ਇਹ ਕਹਿੰਦੀ ਹਾਂ ਵੀ ਸਾਨੂੰ ਮਾਂ ਪਿਓ ਨੂੰ ਇਹ ਚਾਹੀਦਾ ਕਿ ਧੀਆਂ ਨੂੰ ਹਿੱਸਾ ਪਹਿਲੇ ਦੇ ਦੇਣ ਕਿ ਜਿਹੜੇ ਭਰਾ ਇੰਨੇ ਹਫਸ਼ੀ ਨਾ ਬਣਨ। ਇਹ ਵੀ ਗੱਲ ਹੈਗੀ ਆ, ਕਾਨੂੰਨ ਵੀ ਬਣੇ ਆ ਪਰ ਉਤਸਾਹ ਵੀ ਕਰੇ ਕਾਨੂੰਨ। ਮੈਂ ਕਹਿੰਦੀ ਹਾਂ ਕਾਨੂੰਨ ਵੀ, ਮੈਨੂੰ ਤਾਂ ਕੋਈ ਕਾਨੂੰਨ ਨਹੀਂ ਹਜੇ ਤੱਕ ਮਿਲਿਆ, ਕੋਈ ਇਨਸਾਫ ਨਹੀਂ। ਤੁਸੀਂ ਉਹਨਾਂ ਦੇ ਕੇਸ ਕੀਤਾ, ਮੇਰਾ ਕੇਸ ਲੜੀ ਆ ਉਸੇ ਜ਼ਮੀਨ ਵਾਸਤੇ, ਮੈਂ 11 ਸਾਲ ਕੇਸ ਲੜੀ ਆ ਮੇਰੀ ਜ਼ਮੀਨ ਨਾ, ਮੇਰਾ ਕੇਸ ਮੇਰੇ ਹੱਕ 'ਚ ਨਹੀਂ ਹੋਇਆ, ਨਹੀਂ ਹੋਇਆ। ਅਤੇ ਕੇਸ ਵੀ ਜ਼ਮੀਨਾਂ ਦੇ ਜਿਹੜੇ ਕੇਸ ਆ, ਕੋਈ ਵੀ ਕੋਰਟ ਕੇਸ ਆ, ਪੈਸੇ ਨਾਲ ਹੀ ਹੱਲ ਹੁੰਦੇ ਆ, ਸਿਫਾਰਸ਼ਾਂ ਨਾਲ ਹੱਲ ਹੁੰਦੇ ਆ। ਮੈਂ ਇਕੱਲੀ ਜਾਂਦੀ ਹੁੰਦੀ ਸੀ ਕੋਰਟ ਦੇ ਵਿੱਚ, ਜਿੱਦਾਂ ਮੈਂ ਜਾਣਾ ਕਰਨਾ, ਪਹਿਲਾਂ ਨੈਟ ਡਿਊਟੀ ਕਰਨੀ, ਪਹਿਲਾਂ ਮੇਰੀਆਂ ਆਪਣੀਆਂ ਗੱਡੀਆਂ ਸੀ ਕਿਸ਼ਤਾਂ ਤਾਰਨ ਵਾਲੀਆਂ ਹੁੰਦੀਆਂ ਸੀ, ਮੈਂ ਗੱਡੀ ਖੜੀ ਕਰਕੇ ਕੋਰਟ ਚਲ ਜਾਣਾ ਕਰਨਾ, ਗੱਡੀਆਂ ਦੀਆਂ ਕਿਸ਼ਤਾਂ ਰੁਕ ਗਈਆਂ। ਜਿਹੜਾ ਇੱਕ ਵਾਰੀ ਕੰਮ ਆਇਆ ਦੂਜੀ ਵਾਰੀ ਥੋੜ੍ਹੀ ਨਾ ਆਏਗਾ ਤੁਹਾਨੂੰ, ਉਹਨਾਂ ਨੇ ਤਾਂ ਇਹੀ ਕਹਿਣਾ ਵੀ ਗੱਡੀ ਇੱਥੇ ਖਲੋਤੀ ਆਪ ਹੈ ਨਹੀਂ, ਇੱਥੇ ਕੋਰਟ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਫੋਨ ਵੀ ਬੰਦ ਹੋ ਜਾਂਦੇ ਆ, ਅਗਲੇ ਫਿਰ ਸੋਚਦਾ ਵੀ ਗੱਡੀ ਉੱਦਾਂ ਹੀ ਖਲੋਤੀ ਆ। ਫਿਰ ਉਹਨਾਂ ਨੇ ਫਿਰ ਮੇਰੀਆਂ ਗੱਡੀਆਂ ਕਿਸ਼ਤਾਂ ਦੇ ਕਰਕੇ ਵਿਕ ਗਈਆਂ, ਉਸ ਤੋਂ ਬਾਅਦ ਫਿਰ ਮੈਂ ਕੋਰਟ ਕੇਸ ਦੇ ਪਿੱਛੇ ਤੁਹਾਡੀ ਗੱਡੀਆਂ ਗੱਡੀਆਂ ਮੇਰੀਆਂ ਦੋਨੋਂ ਵਿਕ ਗਈਆਂ, ਜਿਹੜੀ ਹੌਲੀ ਕਿਸ਼ਤਾਂ ਨਾ ਤਰਨ ਕਰਕੇ ਤੁਸੀਂ ਪਾਈਆਂ ਸੀਗੀਆਂ। ਤੇ ਮੁੰਡਾ ਤੁਸੀਂ ਆਪ ਆਪਣਾ ਤੋਰਿਆ ਕਿ ਚਲੋ ਉਹਨੂੰ ਸੈੱਟ ਕਰ ਦਿਓ ਮੁੰਡੇ? ਬੇਟੇ ਮੇਰੇ ਨੂੰ, ਹਾਂਜੀ ਮੈਂ ਪਹਿਲਾਂ ਜੋਲ ਹੋਸਪਿਟਲ ਜਦੋਂ ਲੱਗੀ ਹਾਂ ਉੱਥੇ, ਫਿਰ ਡਾਕਟਰ ਸਾਹਿਬ ਨੇ ਮੇਰੀ ਬਹੁਤ ਹੈਲਪ ਕੀਤੀ ਹੈ, BSC ਜੋਲ ਨੇ, ਉਹਨਾਂ ਨੇ ਫਿਰ ਮੇਰਾ ਬੇਟੇ ਨੂੰ ਬਾਹਰ ਭੇਜਿਆ ਕਿਉਂਕਿ ਮੇਰੇ ਭਰਾਵਾਂ ਨੇ ਮੇਰੇ ਬੇਟੇ ਦੇ ਪਰਚੇ ਪਾਤੇ ਸੀ। ਅੱਛਾ, ਉਹਨਾਂ ਦੇ ਵੀ ਕੇਸ ਕਰ ਤੁਹਾਡੇ ਤੇ ਛੋਟਾ ਸੀ ਉਹ, ਤਦ ਵੀ ਪਾਤੇ ਸੀ? ਤਦ ਵੀ ਪਾਤੇ ਸੀ, ਆਪਣੇ ਰਾਹੀਂ ਨਹੀਂ ਕਿਸੇ ਦੇ ਰਾਹੀਂ ਪਾਤੇ ਸੀ। ਅੱਛਾ, ਮਤਲਬ ਤੁਹਾਨੂੰ ਹਰ ਪਾਸੇ ਫਸਾਉਣਾ ਚਾਹੁੰਦੇ ਸੀ? ਉਹਨਾਂ ਨੇ ਮੈਨੂੰ ਇੱਦਾਂ ਦਾ ਫਸਾਇਆ ਸੀ ਨਾ, ਮੇਰਾ ਫੋਨ ਵੀ ਉਹਨਾਂ ਨੇ ਐਡਵਰਟ 'ਤੇ ਲਾਤਾ ਸੀ, ਮਤਲਬ ਕਿ ਜਿਸ ਤਰ੍ਹਾਂ ਮੈਨੂੰ ਫੋਨ ਕੋਈ ਰਾਤ ਨੂੰ ਕੋਲ ਆਉਂਦੀ ਸੀ ਨਾ ਬੈਡ ਬੁੱਡੀ ਵਾਸਤੇ ਕਿਤੇ ਜਾਣ ਵਾਸਤੇ ਨਾ, ਅਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਮੇਰੇ ਭਰਾਵਾਂ ਨੇ ਮੈਨੂੰ ਬੰਦੇ ਹੀ ਪੁਆਏ ਆ, ਮਤਲਬ ਕਿ ਮੇਰਾ ਨਾ ਸਾਥ ਹੀ, ਨਾ ਮੇਰਾ ਪੈਸਾ ਹੀ, ਨਾ ਮੇਰੀ ਸਿਫਾਰਸ਼ ਸੀ ਵੀ ਮੈਂ ਇਹਨਾਂ 'ਤੇ ਕੰਪਲੇਂਟ ਕਰ ਸਕਦਾ ਕੁਛ ਵੀ ਚੀਜ਼। ਮੈਨੂੰ ਸਿਰਫ ਇਹੀ ਹੁੰਦਾ ਸੀ ਕਿ ਮੈਂ ਰੋਟੀ ਕਮਾਉਣੀ ਆ,
ਆਪਣੇ ਘਰ 'ਚ ਕੋਈ ਜ਼ਿੰਮੇਵਾਰੀ ਨਾ ਕੋਈ ਜ਼ਿੰਮੇਵਾਰੀ ਨਹੀਂ ਉਸ ਤੋਂ ਬਾਅਦ ਫਿਰ ਬੇਟੀ ਫਿਰ ਹੋਣ ਵਾਲੀ ਹੋ ਗਈ ਫਿਰ ਮਤਲਬ ਕਿ ਮੇਰੇ ਨਾਲ ਜ਼ਬਰਦਸਤੀ ਬਹੁਤ ਕਰਦਾ ਹੁੰਦਾ ਸੀ ਦਾਰੂ ਪੀ ਕੇ ਦਾਰੂ ਪੀ ਕੇ ਬਹੁਤ ਜ਼ਿਆਦਾ ਜਿੱਦਾਂ ਹਫਸ਼ੀ ਹੁੰਦੇ ਇੱਦਾਂ ਕਰਦਾ ਹੁੰਦਾ ਸੀ ਮੈਨੂੰ ਮਤਲਬ ਉਹਨੇ ਕਦੀ ਦੁੱਖ ਸੁੱਖ ਨਹੀਂ ਸੀ ਮੇਰਾ ਦੇਖਿਆ ਕਦੀ ਬੁਲਾਇਆ ਨਹੀਂ ਪਿਆਰ ਨਾ ਕੁਛ ਨਹੀਂ ਕਿਤੇ ਮੈਨੂੰ ਬੁਖਾਰ ਆ ਮੈਨੂੰ ਕੁਛ ਆ ਉਹਨੇ ਕਦੀ ਨਹੀਂ ਸੀ ਪੁੱਛਿਆ ਵੀ ਤੂੰ ਕੁਛ ਖਾਧਾ ਨਹੀਂ ਖਾਧਾ ਤੂੰ ਠੀਕ ਆ ਨਹੀਂ ਠੀਕ ਡੰਗਰਾਂ ਨੂੰ ਪੱਠੇ ਪਾ ਲਓ ਘਰ ਦੀਆਂ ਰੋਟੀਆਂ ਬਣਾ ਲਓ ਇਹਦੀਆਂ ਜੁੱਤੀਆਂ ਖਾ ਲਓ ਖੂਹ 'ਤੇ ਚੱਲ ਜਾਓ ਬਸ ਆਹੀ ਕੁਛ ਹੁੰਦਾ ਸੀ ਅਤੇ ਘਰ ਦੇ ਤੁਹਾਡੇ ਮਦਰ ਇਨ ਲਾਅ ਜਾਂ ਕੋਈ ਘਰ ਦੇ 'ਚ ਵੱਡੇ ਭਰਾ ਕੋਈ ਇਹਦੇ ਕਿਸੇ ਨੇ ਸਾਥ ਦਿੱਤਾ ਕਿਸੇ ਨੂੰ ਕੋਈ ਨਹੀਂ ਸੀ ਵੱਡਾ ਭਰਾ ਉਹਦਾ ਆਪਣੇ ਘਰ ਵਾਲਾ ਸੀ ਇੱਕ ਜੇਠ ਸੀ ਉਹ ਮੇਰਾ ਮੈਂਟਲ ਸੀ ਇੱਕ ਨਨਾਣ ਸੀ ਉਹ ਮੈਂਟਲ ਸੀ ਸੱਸ ਜਿਹੜੀ ਸੀ ਉਹ ਉੱਦਾਂ ਉਹਨੂੰ ਕੁਛ ਨਹੀਂ ਸੀ ਉਹਨਾਂ ਦਾ ਤਾਂ ਲੱਡਲਾ ਸੀ ਮੈਂ ਹੀ ਨਹੀਂ ਸੀ ਉਹਨਾਂ 'ਚ ਬਗਾਨੀ ਸੀ ਹੈ ਨਾ ਪੇਕਿਆਂ ਦੇ ਘਰ ਵੀ ਧੀਆਂ ਬਗਾਨੀਆਂ ਅਤੇ ਸਹੁਰਿਆਂ ਦੇ ਵੀ ਬਗਾਨੀਆਂ ਨਾ ਉਹਨਾਂ ਦਾ ਕੋਈ ਆਪਣਾ ਘਰ ਹੁੰਦਾ ਹੀ ਨਹੀਂ ਅਤੇ ਕਿਸੇ ਨੇ ਉਹਨੂੰ ਕਦੀ ਨਹੀਂ ਸੀ ਕੁਝ ਆ ਕੇ ਕਿਤੇ ਚਲੋ ਮਾਂ ਜਿੰਦੀ ਸੀ ਉਦੋਂ ਕਹਿੰਦੇ ਵੀ ਹੁੰਦੇ ਸੀ ਜੇ ਉਹ ਆ ਕੇ ਕਹਿ ਕੇ ਜਾਂਦੇ ਸੀ ਅਤੇ ਮਗਰੋਂ ਸਾਡੇ ਜਿੱਦਾਂ ਸ਼ਰੀਕੇ ਨੇ ਕਹਿਣਾ ਇਹ ਜਦੋਂ ਇੱਥੇ ਜਦੋਂ ਦੀ ਵਿਆਹੀ ਆਈ ਹੈ ਇੱਥੇ ਤਾਂ ਕੰਜਰਖਾਨਾ ਹੀ ਪਿਆ ਰਹਿੰਦਾ ਉਹ ਵੀ ਤੁਹਾਡੇ 'ਤੇ ਬਲੇਮ ਉਹ ਵੀ ਮੇਰੇ 'ਤੇ ਨਾਲੇ ਉਲਟਾ ਮੈਨੂੰ ਕੁੱਟਣਾ ਮਾਰਨਾ ਨਾਲੇ ਉਲਟਾ ਫਿਰ ਜੇ ਘਰਦਿਆਂ ਨੇ ਆਉਣਾ ਵੀ ਹੁਣ ਤਾਂ ਮੈਂ ਚਲੋ ਕਹਿੰਦੀ ਕਿ ਮੇਰੇ ਘਰਦੇ ਨਹੀਂ ਹੁੰਦੇ ਜਦੋਂ ਹੁੰਦੇ ਸੀ ਉਦੋਂ ਕਹਿੰਦੇ ਸੀ ਵੀ ਜਦੋਂ ਦੀ ਵਿਆਹ ਕੇ ਅਸੀਂ ਡੋਰਾ ਲਿਆਂਦਾ ਇੱਥੇ ਕੰਜਰਖਾਨਾ ਹੀ ਪਿਆ ਰਹਿੰਦਾ ਮਤਲਬ ਉਹਨੂੰ ਨਹੀਂ ਸੀ ਕਦੀ ਤੁਹਾਡੇ ਬੱਚਿਆਂ ਨੂੰ ਮਾਰਿਆ ਕਿਸੇ ਨੇ ਕੁਛ ਨਹੀਂ ਕਿਹਾ ਕੋਈ ਐਕਸ਼ਨ ਨਹੀਂ ਲਿਆ ਉਹ ਕਹਿੰਦੇ ਸੀ ਉਹਦਾ ਹੀ ਉਹਦੀਆਂ ਮਾਰਦੀ ਤਾਂ ਫਿਰ ਕੀ ਹੋ ਗਿਆ ਉਹਦੀ ਸੀਗੀ ਤਾਂ ਇਸ ਕਰਕੇ ਉਹਨੂੰ ਮਤਲਬ ਮੇਰੀ ਤਾਂ ਕੁਛ ਨਹੀਂ ਸੀ ਲੱਗਦੀ ਉਹ ਵੀ ਉਹਦੀ ਸੀ ਅੱਛਾ ਮਤਲਬ ਉਹ ਵੀ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਕੁਛ ਨਹੀਂ ਕਿਹਾ ਉਹਨਾਂ ਨੂੰ ਕੋਈ ਫਰਕ ਨਹੀਂ ਕਿਸੇ ਨੂੰ ਕੋਈ ਫਰਕ ਨਹੀਂ ਹੈਗਾ ਅਤੇ ਫਿਰ ਕਦੋਂ ਉਹ ਸਮਾਂ ਆਇਆ ਜਦੋਂ ਤੁਸੀਂ ਕਿਹਾ ਕਿ ਹੁਣ ਮੈਂ ਸਾਰੀ ਚੀਜ਼ਾਂ ਤੋਂ ਬਾਹਰ ਨਿਕਲਣਾ ਆ ਅਤੇ ਮੈਂ ਆਪਣੇ ਲਈ ਆਪ ਕੁਛ ਕਰਨਾ ਆਪਣੇ ਬੱਚੇ ਜਿਹੜਾ ਹੁਣ ਤੁਸੀਂ ਕਿਹਾ ਕਿ ਤੁਹਾਡਾ ਬੇਟਾ ਵੀ ਹੈਗਾ ਆ ਉਸਨੂੰ ਬਚਾਉਣਾ ਆ ਉਸਨੂੰ ਉਸਦਾ ਪਾਲਣ ਪੋਸ਼ਣ ਕਰਨਾ ਆ ਬਾਹਰ ਫਿਰ ਮੇਰੀ ਜਿੱਦਾਂ ਬੇਟਾ ਹੋਇਆ ਆ ਬੇਟੇ ਨੂੰ ਸੰਭਾਲਣ ਵਾਸਤੇ ਜਿੱਦਾਂ ਬੇਟਾ ਅਜੇ 13 ਦਿਨਾਂ ਦਾ ਸੀ ਉਦੋਂ ਵੀ ਘਰ ਵਾਲੇ ਨੇ ਬੜਾ ਉਹਨੂੰ ਮਾਰਨਾ ਚਾਹਿਆ ਪਰ ਅੱਛਾ ਮਤਲਬ ਇੱਦਾਂ ਨਹੀਂ ਸੀ ਕਿ ਕੁੜੀ ਨਾਲ ਹੀ ਗਾਣਾ ਬੱਚਾ ਕੋਈ ਵੀ ਹੋਵੇ ਬੱਚਾ ਕੋਈ ਵੀ ਮੈਂ ਕਹਿੰਦੀ 13 ਦਿਨਾਂ ਦਾ ਸੀ ਬੇਟਾ ਜਦੋਂ ਘਿਓ ਲੈ ਕੇ ਆਏ ਸੀ ਘਰ ਦੇ ਉਦੋਂ ਵੀ ਉਹਨੇ ਕੰਜਰਖਾਨਾ ਬਹੁਤ ਕੀਤਾ ਅਤੇ 10ਵੇਂ ਮਹੀਨੇ ਦੀ 30 ਤਰੀਕ ਨੂੰ ਬੇਟਾ ਮੇਰਾ ਹੋਇਆ ਸੀ ਅਤੇ ਹਿਸਾਬ ਲਾ ਲਓ ਸਰਦੀ ਸੀ ਉਦੋਂ ਅਤੇ ਬੇਟੇ ਨੂੰ ਮੈਂ ਉਦੋਂ ਪਿੰਡਾਂ ਦੇ ਵਿੱਚ ਜਿੱਦਾਂ ਇੱਟਾਂ ਵਾਲੇ ਬਾਥਰੂਮ ਹੁੰਦੇ ਨੇ ਉੱਥੇ ਲੈ ਕੇ ਸਾਰੀ ਰਾਤ ਮੈਂ ਉਹਨੂੰ ਬੈਠੀ ਰਹੀ ਉਹਦੇ ਮੂੰਹ ਦੇ ਵਿੱਚ ਉਂਗਲ ਪਾ ਕੇ ਦੁੱਧ ਉੱਪਰਾ ਪੀਂਦਾ ਹੁੰਦਾ ਸੀ ਬੋਤਲ ਦਾ ਉਹਨੂੰ ਵੀ ਉਹਨੇ ਮਾਰਨਾ ਚਾਹਿਆ ਸੀ ਕਿ ਮੇਰੇ ਲਈ ਕੋਈ ਸੋਨੇ ਦੀ ਚੀਜ਼ ਕਿਵੇਂ ਆਈ ਅੱਛਾ ਕਿ ਤੁਹਾਡੇ ਪੇਕਿਆਂ ਵੱਲੋਂ ਮੇਰੇ ਮਤਲਬ ਕਿ ਇਹਦੇ ਬੇਟੇ ਵਾਸਤੇ ਲੈ ਕੇ ਆਏ ਸੀ ਮੇਰੇ ਲਈ ਕਿਵੇਂ ਕੁਛ ਲੈ ਕੇ ਆਏ ਇਸ ਗੱਲ ਪਿੱਛੇ ਲੜਾਈ ਹਾਂ ਉਦੋਂ ਵੀ ਉਹਨੇ ਬਹੁਤ ਕੰਜਰਖਾਨਾ ਕੀਤਾ ਮੈਂ ਤੁਹਾਨੂੰ ਦੱਸਾਂ ਮੈਂ ਸਾਰੀ ਰਾਤ ਉਹਨੂੰ ਬੇਟੇ ਨੂੰ ਬਾਥਰੂਮ ਦੇ ਵਿੱਚ ਲੈ ਕੇ ਬੈਠੀ ਰਹੀ ਵੀ ਮੈਂ ਇਹਨੂੰ ਬਚਾਉਣਾ ਆਇਆ ਕਿਸੇ ਤਰ੍ਹਾਂ ਹੈ ਨਾ ਵੀ ਅੱਗੇ ਇਹਨੇ ਦੋ ਮਾਰ ਦਿੱਤੀਆਂ ਅਤੇ ਹੁਣ ਵੀ ਮਾਰ ਦੂਗਾ ਅਤੇ ਫਿਰ ਮੈਂ ਮਤਲਬ ਕਿ ਬੇਟੇ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਅੱਜ ਤੱਕ ਬੇਟੇ ਨੂੰ ਬਚਾਉਂਦੀ ਰਹੀ ਮਤਲਬ ਤੁਸੀਂ ਉਹੀ ਸਮਾਂ ਸੀਗਾ ਜਦੋਂ ਤੁਸੀਂ ਦੋ ਮੌਤਾਂ ਦੇਖ ਚੁੱਕੇ ਸੀ ਆਪਣੇ ਬੱਚਿਆਂ ਦੀ ਕਿ ਤੁਸੀਂ ਤੀਜੇ ਵੇਲੇ ਤੁਸੀਂ ਕਿਹਾ ਕਿ ਨਹੀਂ ਹੁਣ ਮੈਨੂੰ ਹੁਣ ਮੈਂ ਇਹੀ ਸੋਚਿਆ ਵੀ ਮੈਂ ਕਿੰਨਾ ਕੁ ਚਿਰ ਭਰਾਵਾਂ ਦਾ ਸਾਥ ਲਵਾਂਗੀ ਕਿੰਨਾ ਚਿਰ ਮਾਂ ਮੇਰੀ ਮਾਂ ਮਰ ਗਈ ਮੁੜ ਕੇ ਭਰਾਵਾਂ ਨੇ ਤਾਂ ਬਿਲਕੁਲ ਵੇਖਿਆ ਤੱਕ ਆਪਣੇ ਨਿਆਣੇ ਦਾ ਤਾਂ ਆਪ ਹੀ ਦੇਖ ਫਿਰ ਇਹੀ ਸੋਚਿਆ ਸੀ ਵੀ ਇਹਦਾ ਬੱਚੇ ਦਾ ਕੀ ਕਸੂਰ ਆ ਚਲੋ ਉਹਨੇ ਪਹਿਲਾਂ ਜਿਹੜੀਆਂ ਜੋ ਕੁੜੀਆਂ ਨੇ ਮਾਰ ਦਿੱਤੀਆਂ ਹੈ ਨਾ ਮੈਂ ਹੁਣ ਇੰਨੀ ਅਤੇ ਮੇਰੇ 'ਚ ਵੀ ਦਿਲ ਹੈ ਨਹੀਂ ਕਿ ਮੈਂ ਆਪਣੇ ਬੱਚੇ ਮਰਵਾਈ ਜਾਵਾਂ ਇੱਕ ਜਾਨਵਰ ਆ ਜਾਨਵਰ ਦਾ ਵੀ ਬੱਚਾ ਮਰ ਜੇ ਬਾਰ ਬਾਰ ਅਤੇ ਪਰ ਮੈਂ ਉਹਨੂੰ ਬੱਚੇ ਨੂੰ ਫਿਰ ਪਾਲਣ ਦੀ ਕੋਸ਼ਿਸ਼ ਦੇ ਵਿੱਚ ਰਹੀ ਕਿ ਮੈਂ ਇਹਨੂੰ ਪਾਲਣਾ ਆ ਜਿੱਦਾਂ ਮਰਜ਼ੀ ਪਾਲਣਾ ਉਦੋਂ ਮੈਂ ਛੋਟਿਆਂ ਹੁੰਦੇ ਆ ਅਖਬਾਰੇ ਹੁੰਦੇ ਫਿਲਮ ਦੇਖੀ ਸੀ ਬਦਲਾ ਜੱਟੀ ਦਾ ਜਿੱਦਾਂ ਦੇਖੀ ਸੀ ਨਾ ਉਹਦੇ ਵਿੱਚ ਉਹ ਬੱਚੇ ਨੂੰ ਕਿੱਦਾਂ ਪਾਲਦੀ ਆ ਅਤੇ ਉਹ ਵੀ ਇੱਕ ਜਨਾਨੀ ਸੀ ਅਤੇ ਮੈਂ ਇਹ ਸੋਚਿਆ ਵੀ ਜੇ ਜਨਾਨੀ ਆਪਣੀ ਹਿੰਮਤ ਕਰੇ ਤਾਂ ਥੋੜ੍ਹਾ ਸਾਥ ਰੱਬ ਦੇ ਜਦੋਂ ਇੱਕ ਜਨਾਨੀ ਆਪਣੇ ਬੱਚਿਆਂ ਨੂੰ ਜਨਮ ਦੇਣ ਲਈ ਇੰਨੀ ਕਸ਼ਟ ਸਹਿ ਸਕਦੀ ਹੈ ਤਾਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਅਤੇ ਪਰ ਮੈਂ ਉਹਨੂੰ ਬੜੇ ਔਖੇ ਆ ਔਖੜਾਂ ਦੇ ਵਿੱਚ ਉਹਨੂੰ ਮੈਂ ਪਾਲਿਆ ਆ ਜਦੋਂ ਮੇਰਾ ਮਤਲਬ ਘਰ ਵਾਲੇ ਨੇ ਸਾਰਾ ਕੁਛ ਵੇਚ ਦਿੱਤਾ ਸੀ ਨਾ ਅਤੇ ਫਿਰ ਮੈਂ ਉਹਨਾਂ ਦਿਨਾਂ ਦੇ ਵਿੱਚ ਵੀ ਹਿਸਾਬ ਲਾ ਲਓ ਕਪੂਰਥਲੇ ਉੱਥੇ ਜਲੰਧਰ ਹੋਸਪਿਟਲਾਂ ਦੇ ਵਿੱਚ ਕੰਮ ਕਰਨ ਆਉਂਦੀ ਸੀ ਸਫਾਈ ਦਾ ਅਤੇ ਮਤਲਬ ਉਹਨਾਂ ਨੇ ਫਿਰ ਜਦੋਂ ਤੋਂ ਮਾਰਨ ਦੀ ਕੋਸ਼ਿਸ਼ ਕਰਦੀ ਤੁਸੀਂ ਆਪਣਾ ਦਿਲ ਪੱਕਾ ਕਰ ਲਿਆ ਸੀ ਕਿ ਹੁਣ ਮੈਨੂੰ ਬਚਾ ਕੇ ਇਹਨੂੰ ਆਪਣੇ ਮਤਲਬ ਰਹੇ ਤੁਸੀਂ ਆਪਣੇ ਸਹੁਰੇ ਘਰ ਰਹੀ ਮੈਂ ਉੱਥੇ ਹੀ ਹਾਂ ਮੈਂ ਗਈ ਨਹੀਂ ਕਿਉਂਕਿ ਜਦੋਂ ਮੇਰੇ ਘਰ ਵਾਲੇ ਨੇ ਪਹਿਲਾਂ ਬੇਟੇ ਨੂੰ ਉਦੋਂ ਮਾਰਨਾ ਚਾਹਿਆ ਉਦੋਂ ਬਚ ਗਿਆ ਫਿਰ ਬੇਟਾ ਮੇਰਾ ਛੋਟਾ ਹੀ ਸੀ ਹਜੇ ਤਾਂ ਸਕੂਟਰ ਦੀ ਚਾਬੀ ਘਰ ਵਾਲਾ ਖੂਹ 'ਤੇ ਜਿੱਦਾਂ ਗਵਾਇਆ ਸੀ ਅਤੇ ਘਰ ਵਾਲੇ ਆਣ ਕੇ ਨਾ ਉਹਨੂੰ ਮਤਲਬ ਚਾਬੀ ਮੇਰੇ ਤੋਂ ਪੁੱਛੀ ਸਕੂਟਰ ਦੀ ਮੈਂ ਕਿਹਾ ਉਹ ਸਕੂਟਰ ਹੁੰਦੇ ਸੀ ਸਕੂਟਰ ਦੀ ਚਾਬੀ ਪੁੱਛੀ ਮੈਂ ਕਿਹਾ ਵੀ ਮੇਰੇ ਤੋਂ ਨਹੀਂ ਹੈਗੀ ਅਤੇ ਨਾਲ ਉਹਦੇ ਜਿਹੜੇ ਵੀ ਸੀ ਉਹਨਾਂ ਨੇ ਕਿਹਾ ਵੀ ਇਹ ਮੁੰਡੇ ਵਾਸਤੇ ਸਾਂਭਦੀ ਆ ਵੀ ਅਤੇ ਉਹਨੇ ਚੁੱਕ ਕੇ ਤਾਂ ਕਈ ਵਾਲਾ ਫੋੜਾ ਹੁੰਦਾ ਆ ਜਿਹੜਾ ਗੋਹਾ ਇਕੱਠਾ ਕਰਨ ਵਾਲਾ ਫੋੜਾ ਹੁੰਦਾ ਉਹਨੇ ਨਾ ਚੁੱਕ ਕੇ ਮੁੰਡੇ ਦੇ ਮਾਰਿਆ ਕਹਿੰਦਾ ਮੈਂ ਮੁੰਡਾ ਹੀ ਮਾਰ ਦੇਣਾ ਕਿ ਮੁੰਡੇ ਲਈ ਚੀਜ਼ ਸੰਭਾਲ ਕੇ ਰੱਖਦੀ ਆ ਉਦੋਂ ਇਹਨੇ ਮੇਰੇ ਮਾਰੀ ਗਈ ਮੇਰੇ ਸਿਰ ਦੇ ਵਿੱਚ ਫੋੜਾ ਵੱਜਿਆ ਉਦੋਂ ਫਿਰ ਮੈਂ ਆਪਣਾ ਮੁੰਡਾ ਲੈ ਕੇ ਪੇਕੇ ਚਲੇ ਗਈ ਜਦੋਂ ਮੈਂ ਉੱਥੇ ਵੀ ਗਈ ਉੱਥੇ ਮਾਂ ਨੇ ਵੀ ਕਿਹਾ ਤਾਂ ਵੀ ਉਹਦਾ ਹੀ ਸੀ ਤੂੰ ਇੱਥੇ ਕਾਹਤੋਂ ਲੈ ਕੇ ਆ ਗਈ ਮਤਲਬ ਸਿਰ 'ਤੇ ਮੇਰੇ ਪੱਟੀ ਹੋਈ
ਕੰਮ ਵਾਲੇ ਹਟਾਤੇ, ਗੋਹਾ ਸੁੱਟਣ ਵਾਲੀ ਹਟਾਤੀ, ਪੱਠੇ ਵੱਢਣ ਵਾਲੇ ਹਟਾਤੇ, ਜਾਣ ਕੇ ਉਹ ਮਾਹੌਲ ਹੀ ਪੂਰਾ ਇਦਾਂ ਦਾ ਬਣਾ ਦਿੱਤਾ। ਮਤਲਬ ਕਿ ਮਾਂ ਮੇਰੀ ਵੀ ਜਿਹੜੀ ਬੇਵਸ ਸੀ ਉਹਨਾਂ ਭਰਾਵਾਂ ਦੇ ਵਿੱਚ, ਫਿਰ ਤਾਂ ਹੀ ਉਹਨਾਂ ਦਾ ਉਸ ਵੇਲੇ ਉਹਨਾਂ ਨੇ ਤੁਹਾਡੇ ਲਈ ਸਟੈਂਡ ਨਹੀਂ ਲਿੱਤਾ ਨਾ। ਤੇ ਮੈਂ ਫਿਰ ਉੱਥੇ ਪੱਠੇ ਵੱਢਣੇ ਕਰਨੇ, ਗੋਹਾ ਸੁੱਟਣਾ ਕਰਨਾ ਕਿ ਮੇਰਾ ਮੁੰਡਾ ਦੁੱਧ ਪੀਂਦਾ ਆ। ਫਿਰ ਮੇਰੇ ਭਰਾਵਾਂ ਨੇ ਮੇਰੇ ਕਰਕੇ ਮੇਰੀ ਮਾਂ ਨੂੰ ਮੁੰਡਾ ਚੰਗਾ ਬੋਲਣਾ, ਇੱਥੋਂ ਤੱਕ ਕਿ ਉਹਦੇ ਹੱਥੀਂ ਵੀ ਪੈ ਜਾਣਾ ਕਰਨਾ, ਮੇਰੇ ਵੀ ਹੱਥੀਂ ਪੈ ਜਾਣਾ ਕਰਨਾ ਵੀ ਇਹੀ ਵਿਆਹਿਆ ਸੀ। ਹੱਥੀਂ ਤਾਂ ਪੈਣ ਲੱਗੇ ਕਿ ਮੇਰਾ ਭਰਾ ਇੰਗਲੈਂਡ ਦੇ ਵਿੱਚ ਸੀ ਅਤੇ ਉੱਥੇ ਉਹਦੇ ਬੋਸ ਦੀ ਘਰ ਵਾਲੀ ਮਰ ਗਈ, ਅਤੇ ਉਹਨੇ ਚਾਹਿਆ ਕਿ ਇਹ ਮੁੰਡਾ ਉਹਨਾਂ ਦਾ ਉਹਨੂੰ ਦੇ ਦੇ ਅਤੇ ਮੈਂ ਤੇਰਾ ਵਿਆਹ ਉੱਥੇ ਕਰ ਦੇਣਾ। ਹੈਂਡੀਕੈਪ ਸੀ ਉਹ ਬੰਦਾ ਅਤੇ ਦੋ ਉਹਦੇ ਬੱਚੇ ਸੀ ਮੇਰੇ ਭਰਾ ਨੇ ਚਾਹਿਆ। ਇੱਕ ਤੁਸੀਂ ਵਿਆਹ ਖਰਾਬ ਕਰ ਚੁੱਕੇ ਹੋ, ਤੁਸੀਂ ਦੂਜਾ ਵਿਆਹ ਇਹ ਮੁੰਡਾ ਉਹਦਾ ਸ਼ਰਾਬੀ ਦਾ ਉਹਨੂੰ ਦੇ ਦੇ। ਮਤਲਬ ਕਿ ਇੱਧਰੋਂ ਮੈਂ ਨਿਕਲ ਕੇ ਉੱਥੇ ਗਈ ਕਿ ਮੈਂ ਥੋੜ੍ਹੀ ਸ਼ਾਂਤੀ 'ਚ ਚਲ ਜਾਵਾਂਗੀ, ਉਹ ਅਲੱਗ ਜੇਲ੍ਹ 'ਚ ਤੁਹਾਨੂੰ ਪਾ। ਉੱਥੇ ਮੇਰੇ ਭਰਾਵਾਂ ਨੇ ਪਹਿਲਾਂ ਤਾਂ ਇਹ ਕੰਮ ਕੀਤਾ, ਮੁੜ ਕੇ ਇੰਗਲੈਂਡ ਵਾਲੇ ਨੇ ਇੰਨੀ ਗੱਲ ਕਹਿਤੀ ਕਿ ਇਹਨੂੰ ਆਪਾਂ ਉੱਥੇ ਦਾ ਰਿਸ਼ਤਾ ਕਰ ਦਾਂਗੇ ਅਤੇ ਮੈਂ ਸੈੱਟ ਹੋ ਜਾਵਾਂਗਾ। ਉਹਨੇ ਆਪਣੀ ਸੈਟਿੰਗ ਵਾਸਤੇ ਉੱਥੇ ਵੀ ਚਾਹਿਆ। ਫਿਰ ਮੇਰੀ ਨਾਨੀ ਜਿੰਦੇ ਸੀ, ਉਹਨਾਂ ਨੇ ਮੈਨੂੰ ਇਹ ਗੱਲ ਕਹੀ, ਕਹਿੰਦੇ ਵੀ ਨਹੀਂ ਤੂੰ ਰਾਣੀ ਇੱਦਾਂ ਨਾ ਕਰ। ਮੇਰਾ ਪੇਕਿਆਂ ਦਾ ਨਾਂ ਰਾਣੀ ਸੀ, ਮਤਲਬ ਕਿ ਉਹਨਾਂ ਨੇ ਕਿਹਾ ਵੀ ਤੂੰ ਇੱਦਾਂ ਨਾ ਕਰ। ਮੈਂ ਫਿਰ ਨਹੀਂ, ਮੈਂ ਆਪਣਾ ਮੁੰਡਾ, ਮੈਂ ਉਹਨਾਂ ਨੂੰ ਜਵਾਬ ਦਿੱਤਾ। ਜਦੋਂ ਮੈਂ ਆਪਣੇ ਭਰਾਵਾਂ ਨੂੰ ਜਵਾਬ ਦਿੱਤਾ, ਫਿਰ ਮੇਰੇ ਭਰਾ ਮੈਨੂੰ ਇੱਦਾਂ ਸੀ ਵੀ ਜਿੱਦਾਂ ਵੱਢਣ ਖਾਣ ਆਉਂਦੇ ਆ ਵੀ ਇਹਨੂੰ ਹੁਣ ਤੂੰ ਕੱਢ ਦਿਓ। ਉਹ ਹੁਣ ਉਹਦਾ ਤਾਂ ਚੱਲ ਗਿਆ ਸੀ ਕਿ ਸਾਡੇ ਕੰਮ ਤਾਂ ਕਿਸੇ ਹੈ ਨਹੀਂ ਹੈ ਵੀ ਇਹਨੇ ਸਾਨੂੰ ਜਵਾਬ ਦਿੱਤਾ। ਹੁਣ ਕਹਿੰਦੇ ਇਹ ਜਵਾਨ ਹੋ ਗਈ ਆ, ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੈਨੂੰ ਤੁਸੀਂ ਚਟਾਈਆਂ ਦੇ ਵਿੱਚ ਵਿਆਹਿਆ, ਮੈਂ ਤੁਹਾਨੂੰ ਕੁਛ ਨਹੀਂ ਬੋਲਿਆ, ਮੈਨੂੰ ਕੁੱਟਦਾ ਮਾਰਦਾ, ਮੈਂ ਤੁਹਾਨੂੰ ਕੁਛ ਨਹੀਂ ਕਹਿੰਦੀ ਵੀ ਤੁਸੀਂ ਕਹਿੰਦੇ ਨਹੀਂ ਚਟਾ ਕੇ ਬੋਲਿਆ ਹਨਾ। ਫਿਰ ਮੈਂ ਬੋਲਿਆ ਉਹਨਾਂ ਨੂੰ, ਜਦੋਂ ਮੈਂ ਇੰਨੀ ਗੱਲ ਬੋਲੀ ਤਾਂ ਫਿਰ ਵੀ ਮੇਰੇ ਹੱਥੀਂ ਪਏ, ਫਿਰ ਮੇਰੇ ਭਰਾ ਮੇਰੇ ਹੱਥੀਂ ਪਏ ਕਿ ਬੋਲ ਕਿੱਦਾਂ ਜਵਾਬ ਵੀ ਜਵਾਬ ਇਹਨੇ ਕਿੱਦਾਂ ਦਿੱਤਾ, ਮੈਂ ਇਹਨੂੰ ਵੱਢ ਦੇਣਾ। ਭਰਜਾਈਆਂ ਵੀ ਕਹਿਣ ਲੱਗ ਪਈਆਂ ਤੇ ਤੇਰੀ ਲੁਤਰੀ ਬੜੀ ਵਧੀਆ, ਤੇਰੀ ਉਹ ਆ, ਤੇਰੀ ਉਹ, ਮਤਲਬ ਕਿ ਜਿਹੜੀਆਂ ਇੰਨੇ ਗਰੀਬ ਘਰ ਦੇ ਵਿੱਚੋਂ ਆਈਆਂ ਸੀ ਤਾਂ ਉੱਥੇ ਆਣ ਕੇ ਉਹਨਾਂ ਨੂੰ ਸਾਰਾ ਕੁਝ ਮਿਲ ਗਿਆ, ਉਹ ਵੀ ਇੰਨੀ ਗੱਲ ਕਹਿਣ ਲੱਗ ਪਈ ਆਪਣੇ ਘਰ 'ਚ ਰਹਿ ਕੇ ਤੁਹਾਨੂੰ ਕੱਢਤਾ ਤੇ ਉਹ ਆਪ ਭਰਾਣੀਆਂ ਬਣ ਗਈਆਂ। ਮਤਲਬ ਕਿ ਜਦੋਂ ਮੈਂ ਕੁਆਰੀ ਸੀ ਉਹੀ ਭਰਜਾਈਆਂ ਮੇਰੇ ਨਾਲ ਬੜੀਆਂ ਵਧੀਆ ਸੀ, ਜਦੋਂ ਮੈਂ ਵਿਆਹੀ ਗਈ ਮੁੜ ਕੇ ਮੇਰੇ ਲਈ ਆਹ ਕੁਝ ਹੋਣ ਲੱਗ ਗਿਆ ਗੁਜ਼ਾਰ ਕੇ। ਫਿਰ ਮੈਂ ਉੱਥੋਂ ਇਹ ਸੋਚਿਆ ਕਿ ਨਹੀਂ ਹੁਣ ਨਿਕਲੋ ਵੀ ਇੱਥੋਂ ਨਿਕਲ ਹੀ ਲਓ ਤੇ ਚੰਗੀ ਗੱਲ ਆ ਨਾ, ਆਪਣੀ ਇੱਜ਼ਤ ਆਪਣੇ ਹੱਥ ਦੇ ਨਿਆਣੇ। ਫਿਰ ਮੈਂ ਘਰ ਵਾਲੇ ਤੇ ਮੈਨੂੰ ਮੇਰੀ ਮਾਂ ਨੇ ਕੇਸ ਅਸੀਂ ਵੀ ਕਰਾਇਆ ਵੀ ਸਾਡੀ ਜ਼ਮੀਨ ਚਲੋ ਬਚੂਗੀ ਨਾ ਮੇਰੇ ਘਰ ਵਾਲੇ ਨੇ। ਨਹੀਂ ਤੁਹਾਡੇ ਘਰ ਵਾਲੇ ਤੁਹਾਡੇ ਬ੍ਰਦਰਸ ਨੇ ਕਰਾਇਆ ਸੀ, ਤੁਹਾਡੀ ਮੰਮੀ ਨੇ ਵੀ ਕੇਸ ਕਰਾਇਆ ਸੀ। ਕੇਸ ਮੇਰੀ ਮਾਂ ਨੇ ਕਰਾਇਆ ਸੀ ਕੋਰਟ ਦੇ ਵਿੱਚ ਜਾ ਕੇ ਵੀ ਆਪਣੀ ਜ਼ਮੀਨ ਬਚਾ ਲਈ। ਫਿਰ ਜਦੋਂ ਮੇਰਾ ਜ਼ਮੀਨ ਤੁਹਾਡੀ ਜ਼ਮੀਨ ਬਚਾਉਣ ਲਈ ਸਹੁਰਿਆਂ ਦੀ ਜ਼ਮੀਨ ਉਦੋਂ ਹੈਗੀ ਸੀ। ਅੱਛਾ, ਤਦ ਉਹ ਤੁਸੀਂ ਬਚਾਉਣਾ ਚਾਹੁੰਦੇ? ਮੈਂ ਉੱਥੇ ਵੀ ਬਚਾਉਣਾ ਚਾਹਿਆ, ਮੇਰੀ ਮਾਂ ਨੇ ਕੇਸ ਕੀਤਾ, ਮੇਰੇ ਭਰਾਵਾਂ ਨੇ ਦੋਵੇਂ ਮੇਰੇ ਭਰਾ ਮਾਵਾਂ ਦੇ ਨਾਲ ਬਹੁਤ ਕੁਛ ਕੀਤਾ ਵੀ ਹੁਣ ਤੁਸੀਂ ਦੋਵੇਂ ਜਣੀਆਂ ਝੋਲਾ ਚੁੱਕ ਕੇ ਤੁਰ ਪੈਂਦੀਆਂ, ਮੁੰਡਾ ਮੈਂ ਲੈਣਾ ਛੋਟਾ ਸੀ ਕੋਲ ਅਤੇ ਉਹਨੂੰ ਲੈ ਜਾਣਾ, ਤਾਂ ਮੇਰੇ ਭਰਾਵਾਂ ਨੇ ਆਉਂਦਿਆਂ ਨੇ ਉਹ ਗੱਲਾਂ ਕਰਨੀਆਂ, ਭਰਜਾਈਆਂ ਨੇ ਕਰਨੀਆਂ, ਆ ਗਈਆਂ ਨੇ ਜੰਗ ਜਿੱਤਣ ਗਈਆਂ ਸੀ ਮਾਵਾਂ ਤੀਆਂ, ਮਤਲਬ ਕਿ ਉੱਥੇ ਵੀ ਗੱਲਾਂ ਸੁਣਨ ਨੂੰ ਮਿਲੀਆਂ। ਫਿਰ ਜਦੋਂ ਮੇਰੇ ਭਰਾਵਾਂ ਨੇ ਇੱਦਾਂ ਕਰਨ ਲੱਗੇ ਤਾਂ ਇਹ ਜਿਹੜਾ ਮੇਰਾ ਘਰ ਵਾਲਾ ਸੀ ਉਹਨੂੰ ਟਰੈਕਟਰ ਦੇ ਥੱਲੇ ਆ ਗਿਆ ਅਤੇ ਵੱਢ ਵੱਟ ਹੋ ਗਿਆ ਸੀ ਸਾਰਾ, ਵੀ ਡਾਕਟਰਾਂ ਨੇ ਉਹਨੂੰ ਜਵਾਬ ਦਿੱਤਾ ਸੀ। ਮੈਨੂੰ ਦੋ ਤਿੰਨ ਵਾਰੀ ਮੇਰੇ ਸਹੁਰੇ ਲੈਣ ਗਏ ਆ। ਫਿਰ ਜਦੋਂ ਤੀਜੀ ਵਾਰੀ ਇਹਦਾ ਐਂਡ ਹੋ ਗਿਆ, ਫਿਰ ਮੇਰੀ ਨਾਨੀ ਕਹਿਣ ਲੱਗੀ, ਕਹਿੰਦੀ ਰਾਣੀ ਇੱਥੇ ਵੀ ਤੂੰ ਜੁੱਤੀਆਂ ਖਾਣੀ ਹੈ, ਜ਼ਮੀਨ ਜ਼ਿਆਦਾ ਤਾਂ ਹੋਏਗੀ ਠੀਕ ਹੈ, ਨਾ ਹੋਏਗੀ ਨਾ ਸੀ, ਉੱਥੇ ਤੂੰ ਭਾਂਡੇ ਲੋਕਾਂ ਦੇ ਮਾਂਜ ਕੇ ਖਾ ਲੈਂਦੀ ਨਾ, ਤੈਨੂੰ ਉਹ ਚੰਗਾ ਵੀ ਇੱਥੇ ਤੇਰੇ ਕਰਕੇ ਤੇਰੀ ਮਾਂ ਦੀ ਦੁਰਦਸ਼ਾ ਭੈੜੀ ਹੁੰਦੀ ਹੈ। ਫਿਰ ਮੈਂ ਆਪਣੀ ਨਾਨੀ ਦੀ ਗੱਲ ਸੁਣ ਕੇ ਆਪਣੀ ਮਾਂ ਕਰਕੇ ਫਿਰ ਮੈਂ ਆ ਗਈ, ਮੈਂ ਕਿਹਾ ਹਾਂ ਗੱਲ ਤਾਂ ਉਹੀ ਆ ਵੀ ਮੈਂ ਇੱਥੇ ਇਹਨਾਂ ਦੇ ਵੀ ਭਾਂਡੇ ਮਾਂਜ ਕੇ ਰੋਟੀ ਖਾਂਦੀ ਹਾਂ, ਗੋਹਾ ਸੁੱਟ ਕੇ ਰੋਟੀ ਖਾਂਦੀ ਹਾਂ, ਹੈ ਨਾ, ਨਾਲੇ ਮੈਂ ਗੱਲਾਂ ਸੁਣਨੀ ਆ, ਨਾਲੇ ਮੈਂ ਆਪਣਾ ਘਰ ਬਰਬਾਦ ਕਰਨ ਡਈ ਹਾਂ, ਵੀ ਮੈਂ ਉੱਥੇ ਹੀ ਚੱਲਣੀ ਹਾਂ। ਮਤਲਬ ਇੱਕ ਜਨਾਨੀ ਦਾ ਨਾ ਆਸਰਾ ਕੋਈ ਨਹੀਂ ਬਣਦਾ, ਇੱਧਰ ਨਾ ਉੱਧਰ, ਤੁਸੀਂ ਇੱਕ ਰਾਹ ਦੇ ਰੋੜੇ ਵਾਂਗੂ ਹੁੰਦਾ, ਜਿਹੜਾ ਕੋਈ ਠੋਕਰ ਮਾਰ ਗਿਆ, ਜਿਹੜਾ ਕੋਈ ਠੋਕਰ ਮਾਰ ਗਿਆ ਨਾ, ਉਹੀ ਗੱਲ ਨਾ ਉਹਦੇ ਸਹੁਰੇ ਨਾ ਉਹਦੇ ਪੇਕੇ। ਸੋ ਹੁਣ ਤੁਹਾਡਾ ਬੇਟਾ ਇੱਥੇ ਹੀ ਹੈ ਤੁਹਾਡੇ ਨਾਲ ਰਹਿ ਰਿਹਾ, ਕਿੱਥੇ ਕੀ ਕਰ ਰਹੇ ਹੋ? ਨਹੀਂ ਬੇਟਾ ਮੇਰਾ ਦੁਬਈ ਆ, ਡਰਾਈਵਰ ਆ ਉੱਥੇ। ਅੱਛਾ, ਉਹ ਵੀ ਡਰਾਈਵਰੀ ਕਰ ਰਹੇ? ਚਲੋ ਫਿਰ ਉਹਨੇ ਆਪਣੇ ਮੰਮੀ ਤੋਂ ਹੀ ਸਿੱਖੀ ਆ। ਉੱਥੇ ਜਦੋਂ ਉਹਨੇ ਟਰਾਈ ਦਿੱਤੀ ਨਾ, ਉੱਥੇ ਪੁੱਛਣ ਉਹਨੂੰ ਅਰਬੀ ਪੁੱਛਿਆ ਉਹਨਾਂ ਨੇ ਵੀ ਤੂੰ ਡਰਾਈਵਿੰਗ ਕਿੱਥੋਂ ਸਿੱਖੀ ਆ, ਕਹਿੰਦਾ ਆਪਣੀ ਮੰਮੀ ਤੋਂ ਸਿੱਖੀ ਆ, ਗੁੱਜ 'ਚ ਬਹਿ ਕੇ। ਮਤਲਬ ਕਿ ਹਿਸਾਬ ਲਾ ਲਓ ਕਿ 13-14 ਸਾਲ ਦਾ ਸੀ ਜਦੋਂ ਮੇਰੇ ਨਾਲ ਯੂਪੀ ਬਿਹਾਰ ਜਾਣ ਲੱਗ ਪਿਆ ਸੀ। ਅੱਛਾ, ਤੁਸੀਂ ਯੂਪੀ ਬਿਹਾਰ ਉਹਨੂੰ ਨਾਲ ਲੈ ਕੇ ਗਈ? ਲੰਬੇ ਰਸਤੇ 'ਚ ਉਹਨੂੰ ਮੈਂ ਸਕੂਲ ਵਾਲੀ ਟੀਚਰ ਨੂੰ ਫੋਨ ਕਰ ਦੇਣਾ ਕਰਨਾ ਇੱਥੇ ਆਣ ਕੇ ਜਲੰਧਰ, ਤੇ ਉਹਦੀ ਟੀਚਰ ਨੇ ਕਹਿਣਾ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਇਹਦੇ ਨਾਲ। ਮਤਲਬ ਕਿ ਉਹਨੂੰ ਮੈਂ ਇਕੱਲੇ ਨੂੰ ਕਦੇ ਛੱਡਿਆ ਨਹੀਂ ਸੀ। ਤੇ ਮਤਲਬ ਤੁਸੀਂ ਛੋਟੀ ਉਮਰ ਤੋਂ ਤੁਹਾਡੇ ਨਾਲ ਚੱਲਦਾ ਚੱਲਦਾ ਉਹਨੇ ਸਿੱਖ ਲਿਆ ਗਿਆ? ਸਿੱਖ ਲਿਆ ਉਹਨੇ, ਹੁਣ ਉੱਥੇ ਵੱਡੀਆਂ ਗੱਡੀਆਂ ਚਲਾਉਂਦਾ ਹੈ। ਠੀਕ ਹੈ, ਦੇਖੋ ਮਾਂ ਤਾਂ ਸਿੱਖ ਕੇ ਔਕੜਾਂ ਉਹਨੇ ਵੀ ਦੇਖੀਆਂ ਕੁਛ ਨਾ ਕੁਛ, ਤਾਂ ਉੱਥੋਂ ਉਹਨੂੰ ਹਰ ਚੀਜ਼ ਦਾ ਪਤਾ ਆ। ਉਹਨੂੰ ਹਰ ਚੀਜ਼ ਨਾਲੇ ਵੀਡੀਓ ਸਾਡੀ ਦੇਖਦਾ, ਤਾਂ ਇਸੇ ਕਰਕੇ ਸ਼ਾਇਦ ਮਤਲਬ ਕਿ ਮੈਂ ਉਹਦੇ ਕੋਈ ਕਿਸੇ ਗੱਲ ਦਾ ਜਿੱਦਾਂ ਲਾ ਲਓ ਕਿ ਪੜ੍ਹਦਾ ਨਹੀਂ ਕੀਤਾ ਨਾ, ਵੀ ਅੱਜ ਵੀ ਕਿਤੇ ਉਹਦੇ ਦਾਦਕਿਆਂ ਸਹੁਰਿਆਂ ਦੇ ਮੈਂ ਜਾਂਦੀ ਹਾਂ, ਮੇਰੇ ਨਾਲ ਮਿਲਦੇ ਵਰਤਦੇ ਆ। ਅੱਛਾ, ਇਹ ਮਿਲਦੇ ਘਰ ਦੇ, ਘਰ ਵਾਲਾ ਨਹੀਂ ਮਿਲਦਾ ਵਰਤਦਾ,
ਬਾਟਾ ਹੁੰਦਾ ਸੀ ਗੋਹੇ ਦਾ ਤੇ ਮੱਝਾਂ ਦੇ ਥੱਲੇ ਹੁੰਦੀ ਸੀ ਹਰ ਵੇਲੇ। ਤੁਸੀਂ ਸਵੇਰ ਦੀ ਡਿਊਟੀ ਵੀ ਕਰਦੇ ਹੋ, ਨਾਈਟ ਡਿਊਟੀ ਵੀ ਕਰਦੇ ਹੋ, ਬਾਹਰ ਹੋਰ ਸਟੇਟਸ ਵੀ ਜਾਂਦੇ ਹੋ ਨਾ ਤੁਸੀਂ, ਦੂਰ ਦੂਰ ਤੱਕ ਵੀ ਜਾਂਦੇ ਹੋ? ਮੈਂ ਬਹੁਤ ਦੂਰ ਤੱਕ ਜਾ ਕੇ ਆਈ ਹਾਂ, ਦਿੱਲੀ, ਯੂਪੀ, ਬਿਹਾਰ, ਨੇਪਾਲ, ਆਸਾਮ, ਰਾਜਸਥਾਨ, ਹਰ ਕਿਸੇ ਚਲੋ ਨੇਪਾਲ, ਰਾਜਸਥਾਨ, ਆਸਾਮ, ਸਾਰੇ ਪਾਸੇ ਬੰਬੇ ਤੱਕ ਜਾ ਕੇ ਆਈ ਹਾਂ। ਬੰਬੇ ਤੱਕ ਜਾਇਆ, ਡੇਢ ਬੁੜੀਆਂ ਲੈ ਕੇ, ਮਤਲਬ ਪੂਰੀ ਪੂਰੀ ਰਾਤ ਚਲਾਉਂਦੇ ਰਹਿੰਦੇ ਤੁਸੀਂ ਗੱਡੀਆਂ ਤੇ, ਜਾਂਦੇ ਰਹਿੰਦੇ ਸੀ ਜਦੋਂ ਅਸੀਂ ਗੱਡੀ ਮਾਂ ਪੁੱਤ ਚਲਾਉਂਦੇ ਤੇ ਸਾਨੂੰ ਨੀਂਦ ਆਉਣੀ ਕਰਨੀ ਨਾ, ਅਸੀਂ ਕੁਰਕਰੇ ਲੈ ਕੇ ਉਹ ਮਿਰਚਾਂ ਵਾਲੇ ਹੱਥਾਂ ਨੂੰ ਲਾ ਕੇ ਫਿਰ ਅੱਖਾਂ ਨੂੰ ਲਾਣੇ ਕਰਨੇ ਕਿ ਸਾਨੂੰ ਨੀਂਦ ਨਾ ਆਵੇ, ਹਾਏ ਵੀ ਅਸੀਂ ਵਾਪਸ ਪਹੁੰਚਣਾ ਹੈ ਜਲਦੀ, ਜਾ ਕੇ ਫਿਰ ਜਾ ਕੇ ਗੇੜਾ ਲਾਉਣਾ ਤੇ ਬੇਟੇ ਨੇ ਸਕੂਲੇ ਜਾਣਾ। ਆਪਾਂ ਇਹਨਾਂ ਦਿਨਾਂ 'ਚ ਲੰਘ ਚੁੱਕੇ ਹਾਂ। ਹੁਣ ਜਦੋਂ ਕਹਿੰਦੇ ਨੇ ਮਨਜੀਤ ਤੂੰ ਨੈਟ ਕਰਨੀ ਆ ਤਾਂ ਤੈਨੂੰ ਕਿੱਦਾਂ ਲੱਗਦਾ? ਤਾਂ ਮੇਰੇ ਵਾਸਤੇ ਤਾਂ ਨੈਟ ਵਧੀਆ, ਕਿਉਂਕਿ ਦਿਨੇ ਹੋਰ ਕੰਮ, ਮੈਂ ਜਿੱਦਾਂ ਆਪਣਾ ਸਕੂਲ ਖੋਲਿਆ ਸੀ ਨਾਲ ਵੀ ਉਹ ਵੀ ਕਰ ਲੈਂਦੀ ਸੀ, ਡਰਾਈਵਿੰਗ ਸਕੂਲ ਖੋਲਿਆ ਸੀ ਤੁਸੀਂ, ਮੈਂ ਉਹ ਨਾਲ ਕਰ ਲੈਂਦੀ ਸੀ। ਪਰ ਮੈਨੂੰ ਹੁਣ ਇੱਦਾਂ ਨਹੀਂ ਮਹਿਸੂਸ ਹੁੰਦਾ ਵੀ ਮੇਰੇ ਲਈ ਰਾਤ ਆ ਜਾਂ ਦਿਨ। ਮਤਲਬ ਤੁਸੀਂ ਕਿੱਦਾਂ ਕਹਿਤਾ ਨਾ, ਛੋਟੀ ਜਿਹੀ ਗੱਲ ਕਹਿਤੀ, ਕੁਰਕੁਰੇ ਵਾਲੇ ਮਿਰਚਾਂ ਅੱਖਾਂ 'ਚ ਲਾਉਂਦੇ, ਛੋਟੇ ਮੁੰਡੇ ਨੂੰ ਵੀ ਤੁਸੀਂ ਉਹੀ ਚੀਜ਼ ਸਿਖਾ। ਉਹ ਵੀ ਇਹੀ ਕਰਦਾ ਹੁੰਦਾ ਸੀ, ਮੰਮਾ ਆਪਾਂ ਕੁਰਕੁਰੇ, ਮਤਲਬ ਕਿ ਅਸੀਂ ਰੋਟੀ ਨਹੀਂ ਸੀ ਖਾਂਦੇ ਹੁੰਦੇ ਰਾਹ ਦੇ ਵਿੱਚ, ਕਿ ਰੋਟੀ ਦੇ ਨਾਲ ਸਾਨੂੰ ਨਾ ਨੀਂਦ ਆਊਗੀ। ਅਸੀਂ ਲੈ ਲੈਣਾ ਕਰਨਾ ਜਿੱਦਾਂ ਕੋਈ ਦਾਲ ਦੂਲ ਲੈ ਲਓ ਖਾਣ ਵਾਸਤੇ, ਭੁੱਜੀ ਛੋਟੀ ਉਮਰ 'ਚ ਉਹ ਵੀ ਇੱਦਾਂ ਕਰਦਾ ਹੁੰਦਾ ਸੀ। ਚਾਹ ਜ਼ਰੂਰ ਅਸੀਂ ਪੀ ਲੈਣੀ, ਨਾਲ ਅਸੀਂ ਸਟੀਲ ਦਾ ਕੱਪ ਰੱਖਿਆ ਹੁੰਦਾ ਸੀ ਮਾਂ ਪੁੱਤਾਂ ਨੇ ਦੋ, ਅਸੀਂ ਉਹ 'ਚ ਚਾਹ ਪਾ ਲੈਣੀ ਕਰਨੀ, ਗੱਡੀ ਚਲਾਉਂਦਿਆਂ ਚਲਾਉਂਦਿਆਂ ਅਸੀਂ ਚਾਹ ਪੀਣੀ, ਰੋਕ ਕੇ ਨਹੀਂ ਪੀਣੀ, ਚਲਾਈ ਰੁਕਣੀ ਨਹੀਂ। ਮੈਂ ਗੱਡੀ ਨੂੰ ਸਾਹ ਹੀ ਦਵਾਉਣਾ, ਤੇਲ ਪਵਾਉਣਾ ਆ ਅਤੇ ਆਪ ਖੋ ਜਿਹੜੀ ਚਾਹ ਬਣਵਾਉਣੀ ਆ ਢਾਬੇ 'ਤੇ ਖਲੋ ਕੇ, ਬਸ ਰੋਟੀ ਲੈਣੀ ਆ, ਰੋਟੀ 'ਤੇ ਲੂਣ ਮਿਰਚ ਪਾ ਕੇ ਮਲਾਈ ਲਾ ਕੇ ਨਾਲ ਉਹ ਕੁੱਕਾ ਬਣਾ ਕੇ ਕਰਨਾ, ਬਸ ਜੇ ਬੇਟੇ ਨੂੰ ਜ਼ਿਆਦਾ ਭੁੱਖ ਜਦੋਂ ਕਿਤੇ ਲੱਗਣੀ, ਬਹਿ ਕੇ ਨਹੀਂ ਰੋਟੀ ਅਸੀਂ ਕਦੀ ਖਾਧੀ, ਕਦੀ ਨਹੀਂ ਖਾਧੀ। ਉਹਨੇ ਵੀ ਸਿੱਖ ਲਈ ਸੀ ਇਹ ਗੱਲ, ਤਾਂ ਹੁਣ ਤਾਂ ਹੀ ਮਿਹਨਤ ਕਰਦਾ ਪਿਆ ਹੈ ਕਿ ਚਲੋ ਮੈਂ ਵੀ ਆਉਣ ਵਾਲੇ ਸਮੇਂ ਹੁਣ ਇਹੀ ਕਰਦਾ। ਮੈਨੂੰ ਦੋ ਵਾਰੀ ਜਿਸ ਤਰ੍ਹਾਂ ਮੈਨੂੰ ਅਟੈਕ ਹੋ ਗਿਆ, ਪਹਿਲਾਂ ਮੇਰੀਆਂ ਲੱਤਾਂ ਨੂੰ ਹੋ ਗਿਆ ਸੀ, ਫਿਰ ਮੇਰੀ ਬਾਂਹ ਨੂੰ ਹੋ ਗਿਆ ਖੱਬੇ ਪਾਸੇ, ਅਟੈਕ ਹਾਰਟ ਦਾ, ਹਾਂਜੀ ਅੱਛਾ ਜੀ, ਮੇਰੇ ਹੋ ਗਿਆ ਸੀ, ਪੈਰਾਲਾਈਜ਼ ਦਾ ਹੋਇਆ ਸੀ। ਅੱਛਾ, ਅਤੇ ਫਿਰ ਬੇਟਾ ਪਹਿਲਾਂ ਆਇਆ ਸੀ ਜਦੋਂ ਮੇਰੀਆਂ ਲੱਤਾਂ ਨੂੰ ਹੋਈ ਸੀ ਪ੍ਰੋਬਲਮ, ਫਿਰ ਦੂਜੀ ਵਾਰੀ ਆਇਆ, ਹੁਣ ਫਰਵਰੀ 'ਚ ਗਿਆ ਆ, ਫਿਰ ਮੇਰੀ ਬਾਂਹ ਨੂੰ ਹੋ ਗਿਆ ਸੀ। ਮੇਰੇ ਇੰਨੇ ਕੁ ਮੈਂ ਰੱਖੜੀਆਂ ਜਦੋਂ ਖਰੀਦਣੀ ਆ ਨਾ, ਘੱਟੋ ਘੱਟ 50-60 ਖਰੀਦਣੀ ਰੱਖੜੀਆਂ ਬੰਨਣੀਆਂ ਬੰਨਦੀਆਂ ਹੈ ਨਾ, ਕਿ ਸਾਰੇ ਸਪੈਸ਼ਲ ਕਹਿੰਦੇ ਆ ਕਿ ਮਨਜੀਤ ਸਾਨੂੰ, ਫਿਰ ਉੱਥੇ ਲੱਗਦਾ ਨਹੀਂ ਕਿ ਮੇਰੇ ਬਗਾਨੇ ਆਪਣਾ ਰਸਤਾ ਤੁਸੀਂ ਆਪ ਕੱਢਣੇ ਪੈਣੇ। ਮੈਂ ਪੜ੍ਹੀ ਲਿਖੀ ਨਹੀਂ ਸੀ, ਮੈਂ ਐਂਬੂਲੈਂਸ ਦੇ ਵਿੱਚ ਤਾਂ ਪਈ ਸੀ। ਉਹੀ ਕਹਿੰਦੇ ਨਾ ਕਿ ਕਈ ਵਾਰ ਜਿਹੜਾ ਮੇਰਾ ਉਸਤਾਦ ਸੀ ਉਹ ਕਹਿੰਦਾ ਸੀ ਉਹ ਕੰਮ ਕਰਨਾ ਜਿਹੜਾ ਦੁਨੀਆ ਦਾ ਕਿਸੇ ਨਹੀਂ ਕਿਸੇ ਨੇ ਨਹੀਂ, ਤੁਸੀਂ ਕੀਤਾ। ਮੈਂ ਭਾਰਤ ਦੇ ਵਿੱਚ ਪਹਿਲੇ ਕਹਿੰਦੇ ਨਾ ਕਿ ਪਹਿਲੇ ਐਂਬੂਲੈਂਸ ਡਰਾਈਵਰ ਮੇਰੇ ਕਰਕੇ ਦਿਖਾਇਆ, ਮੇਰਾ ਸਾਥ ਵੀ ਤੁਸੀਂ ਸਾਰਿਆਂ ਨੇ, ਮੀਡੀਆ ਪ੍ਰੈਸ ਵਾਲਿਆਂ ਨੇ ਬਹੁਤ ਸਾਥ ਦਿੱਤਾ, ਔਰ ਤੁਸੀਂ ਬਹੁਤ ਸਾਰੀ ਔਰਤਾਂ ਨੂੰ ਰਾਹ ਦਿੱਤਾ, ਸਾਥ ਦਿੱਤਾ, ਬਹੁਤ ਸਾਰੀ ਕੁੜੀਆਂ ਨੂੰ ਤੁਹਾਡੇ ਵੱਲ ਦੇਖ ਕੇ ਇੱਕ ਹਿੰਮਤ ਮਿਲੀ ਹੈ। ਮੈਂ ਤਾਂ ਕਹਿੰਦੀ ਹਿੰਮਤ ਰੱਖਣੀ ਚਾਹੀਦੀ ਹੈ। ਬਹੁਤ ਬਹੁਤ ਮੁਬਾਰਕ, ਤੁਸੀਂ ਇੰਨੀ ਸਕਸੈਸ ਵੀ ਦੇਖ ਰਹੇ ਹੋ ਲੋਕਾਂ ਨੂੰ, ਤੁਸੀਂ ਕੋਈ ਦੇਖ ਕੇ ਵੀ ਕਹਿੰਦਾ ਕਿ ਹਾਂਜੀ ਤੁਸੀਂ ਮਨਜੀਤ ਜੀ ਹੋ। ਮੈਂ ਕਹਿੰਦੀ ਜਰਾ ਮੂੰਹ ਤੱਕ ਤਾਂ ਕੱਪੜਾ ਲਾਈ ਦਿੰਦਾ ਤੇ ਮੰਮੂ ਕਹਿੰਦੇ ਨਾ ਮਨਜੀਤ ਐਂਬੂਲੈਂਸ ਵਾਲੀ, ਉਹੀ ਨਾ ਜਿਹੜੀ ਟੀਵੀ 'ਚ ਆਈ ਸੀ, ਮਤਲਬ ਕਿ ਤੁਸੀਂ ਮੈਨੂੰ ਇੰਨਾ ਪੋਪੂਲਰ ਕਰ ਦਿੱਤਾ। ਵਧੀਆ ਗੱਲ ਹੈ, ਬਹੁਤ ਹੀ ਵਧੀਆ ਗੱਲ ਹੈ, ਐਂਡ ਆਈ ਐਮ ਸ਼ੋਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇੱਦਾਂ ਹੀ ਲੋਕਾਂ ਨੂੰ ਜਾਣੋ, ਉਹਨਾਂ ਨਾਲ ਗੱਲਾਂ ਬਾਤਾਂ ਕਰੋ ਤੇ ਹੋਰ ਸ਼ੋਹਰਤ ਮਿਲੇ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਵਧੀਆ ਲੱਗਾ।